ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਅੱਜ ਦਿਨ ਹੈ ਜੀ ਵੀਰਵਾਰ ਤੇ ਤਰੀਕ ਹੈ 10 ਅਕਤੂਬਰ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਤੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਤ੍ਰਿਪਤੀ ਪਾਲ ਸਿੰਘ ਹੋਰਾਂ ਵੱਲੋਂ ਸਟਾਕਟਨ ਤੋਂ ਜਗਜੀਤ ਸਿੰਘ ਲੰਡਨ ਤੋਂ ਤੇ ਇਸ ਪ੍ਰੋਗਰਾਮ ਨੂੰ ਹਮੇਸ਼ਾ ਹੀ ਸਾਥ ਦਿੱਤਾ ਹੈ ਸਰਦਾਰ ਬਲਬੀਰ ਸਿੰਘ ਉਸਮਾਨਪੁਰ, ਅਮਰਜੀਤ ਸਿੰਘ ਗਰੇਵਾਲ ਹੋਰੀ, ਬਲਰਾਜ ਸਿੰਘ ਪੱਡਾ ਹੋਰੀ। ਬਾਈ ਭਪੂਰ ਸਿੰਘ ਮੱਲਾ ਹੋਰੀ ਤੇ ਇਸ ਪ੍ਰੋਗਰਾਮ ਨੂੰ ਅੱਜ ਤੁਹਾਡੇ ਤੱਕ ਪਹੁੰਚਦਾ ਕੀਤਾ ਕੋਆਪ ਟ੍ਰੱਕ ਐਂਡ ਹੈਵੀ ਇਕੁਇਪਮੈਂਟ ਰਿਪੇਅਰ ਵੱਲੋਂ ਜਿਹੜੇ ਟ੍ਰੱਕਾਂ ਦੇ ਫਰੇਮ ਡਰਾਈਵ ਐਕਸਲ ਸਟੀering ਐਕਸਲ ਡੰਪ ਟ੍ਰੇਲਰ ਬਾਕਸ ਨਵੀਂ ਟੈਕਨੀਕ ਦੇ ਨਾਲ ਤੱਕਲੇ ਵਾਂਗੂ ਸਿੱਧਾ ਕਰਨ ਦੇ ਸਪੈਸ਼ਲਿਸਟ ਨੇ ਜੀ ਦੋ ਲੋਕੇਸ਼ਨਾਂ ਤੇ ਤੁਹਾਡੀ ਸੇਵਾ ਛਾਜ਼ਰ ਨੇ 7405 ਕਿੰਬਲ ਸਟਰੀਟ ਮਿਸਿਸ ਸਾਗਾ ਤੇ ਦੂਜੀ ਲੋਕੇਸ਼ਨ ਹੈ 36 ਪਾਇਨਟ ਡਰਾਈਵ ਐਰਨ ਐਂਟੇਰੀਓ ਚ 9056713647 ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦੇ ਹੋ ਜਾਂ ਫਿਰ ਕੁਲਦੀਪ ਸਿੰਘ ਗਰੇਵਾਲ ਹੋਰਾਂ ਦੇ ਨਾਲ 4162544599 ਤੇ ਹਰ ਤਰ੍ਹਾਂ ਦੇ ਅਕਾਊਂਟਸ ਟੈਕਸਿਸ ਦੀ ਹੈਲਪ ਲੈਣੀ ਹੈ ਤਾਂ ਐਕਿਊਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 253520 ट्रिपल 86 ਕੈਂਟ ਵਿਸ਼ਿੰਗਟਨ ਦੇ ਸਮੇਂ ਦੇ ਬਤਾਓ ਕਾਲ ਕਰ ਸਕਦੇ ਹੋ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਲੋਕਲ ਏਰੀਆ ਜੌਬ ਚਾਹੀਦੀ ਹੈ ਤਾਂ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਪੀਟਰ ਤੇ ਡਰਾਈਵਰ ਹਾਇਰ ਕਰਦੀ ਹੈ ਜਗਦੇਵ ਸੰਧੂ ਹੋਰਾਂ ਨੂੰ 253266692 ਹੋਰ ਤੇ ਗੁਰਵਿੰਦਰ ਧਾਲੀਵਾਲ ਦੇ ਨਾਲ 206 354 40 60 ਤੇ ਕਾਲ ਕਰ ਸਕਦੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਟੈਲੋ ਨੇ ਟੈਲੋ ਸੱਸੀ ਗੱਲ ਸੱਸੀ ਗੱਲ ਟੈਲੋ ਸਾਹਿਬ ਜਿਵੇਂ ਆਪਾਂ ਪਹਿਲਾਂ ਚਰਚਾ ਕਰਦੇ ਸੀਗੇ ਵੀ ਪੰਚਾਇਤੀ ਚੋਣਾਂ ਜਿਹੜੀਆਂ ਸਿਰੇ ਲੱਗ ਜਾਂ ਤਾਂ ਚੰਗੀ ਗੱਲ ਐ ਸੁੱਖ ਨਹੀਂ ਬਾਹਰਲੇ ਵੇੜੇ ਕੁੱਤੀਆਂ ਭੌਂਕਦੀਆਂ ਵਾਲਾ ਕੰਮ ਹੋਇਆ ਪਿਆ ਪੰਜਾਬ ਦੇ ਵਿੱਚ ਸਥਿਤੀ ਨਾਜ਼ੁਕ ਹਰ ਰੋਜ਼ ਹੁੰਦੀ ਜਾਂਦੀ ਐ ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਦੇਖੋ ਗੱਲ ਇਹ ਐ ਜਿੱਥੋਂ ਤੱਕ ਪੰਚਾਇਤ ਚੋਣਾਂ ਦਾ ਸਵਾਲ ਐ ਜੀ ਜਿਸ ਢੰਗ ਨਾਲ ਪੰਚਾਇਤ ਚੋਣਾਂ ਦੇ ਮਾਮਲੇ ਨੂੰ ਹੈਂਡਲ ਕੀਤਾ ਹੈ ਇਹ ਢੰਗ ਹੀ ਗਲਤ ਹੈ ਜੀ ਪਹਿਲੀ ਗੱਲ ਤਾਂ ਹੈ ਕਿ ਪੰਚਾਇਤ ਚੋਣਾਂ ਨੂੰ ਇਹਨਾਂ ਦੀ ਮਿਆਦ ਪੂਰੀ ਹੋਣ ਤੋਂ 1 ਸਾਲ ਪਹਿਲਾਂ ਹੀ ਸਾਰਾ ਕੁਝ ਕਰ ਲੈਣਾ ਚਾਹੀਦਾ ਉਹਨੂੰ ਡਿਸਮਿਸ ਕਰਤਾ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਜੀ ਪੰਚਾਇਤਾਂ ਖਤਮ ਜੀ ਔਰ ਜੋ ਭਾਵੇਂ ਲਿਖਤ ਪੜਤ ਦੇ ਵਿੱਚ ਨਹੀਂ ਲਿਆ ਪਰ ਗੱਲਬਾਤ 'ਚ ਜੋ ਦਲੀਲ ਦਿੱਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਉਹ ਇਹ ਸੀ ਕਿ ਜਿਹੜੀਆਂ ਇਹਨਾਂ ਪੰਚਾਇਤਾਂ ਦੇ ਕੋਲੇ ਕੁਝ ਫੰਡ ਪਏ ਹੈ ਹਾਂਜੀ ਔਰੇ ਫੰਡਾਂ ਦੀ ਦੁਰਵਰਤੋਂ ਕਰਨਗੇ ਇਸ ਕਰਕੇ ਇਹਨਾਂ ਨੂੰ ਰੋਕਿਆ ਜਾ ਰਿਹਾ ਤਾਂ ਕਿ ਨਵੀਆਂ ਪੰਚਾਇਤਾਂ ਆ ਕੇ ਉਸ ਫੰਡ ਦਾ ਇਸਤੇਮਾਲ ਕਰਨ ਜੀ ਆਮ ਤੌਰ ਤੇ ਬਰਾਪਾ ਦੇਖਦੇ ਹਾਂ ਕਿ ਜਦੋਂ ਪੰਚਾਇਤਾਂ ਭੰਗ ਹੋ ਜਾਂਣ ਤੇ ਉਸ ਵੇਲੇ ਚਾਰਜ ਜਿਹੜਾ ਉਹ ਪ੍ਰਸ਼ਾਸਕਾਂ ਕੋਲ ਚਲਾ ਜਾਂਦਾ ਜੀ ਜਿਹੜੇ ਇਸੇ ਡਿਪਾਰਟਮੈਂਟ ਦੇ ਹੁੰਦੇ ਆ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਵਿਭਾਗ ਦੇ ਮੁਲਾਜ਼ਮ ਹੁੰਦੇ ਆ ਜੀ ਜੀ ਜਦੋਂ ਉਹਨਾਂ ਕੋਲੇ ਪ੍ਰੋਗਰਾਮ ਚਲਾਇਆ ਆਪਣਾ ਅਦ ਕਾਰ ਚਲਾ ਜਾਂਦਾ ਤਾਂ ਉਹ ਨੇਚਰਲੀ ਜਿਹੜਾ ਪੈਸਾ ਉਹਨਾਂ ਕੋਲ ਪਿਆ ਉਹ ਇਸਤੇਮਾਲ ਕਰ ਸਕਦੇ ਹਾਂਜੀ ਹਾਂਜੀ ਤੇ ਇਹ ਆਪਾਂ ਕਿਵੇਂ ਕਮਾਂਗੇ ਕਿ ਉਹਦੀ ਜੋਗ ਵਰਤੋਂ ਹੋਊਗੀ ਜੀ ਦੂਜੀ ਇਹ ਦਲੀਲ ਇਸ ਕਰਕੇ ਵੀ ਥੋਥੀ ਲੱਗਦੀ ਹੈ ਵੀ ਮੰਨ ਲਓ ਹਾਂਜੀ ਜੇ ਕੇਂਦਰ ਦੇ ਵਿੱਚ ਕੋਈ ਸਰਕਾਰ ਆ ਜੇ ਬੀਟਮੀ ਬੀਟਮੀ ਤੇ ਅਜੇ ਅਸੈਂਬਲੀ ਦਾ ਟਾਈਮ ਰਹਿਦਾ ਹੋਵੇ ਤੇ ਅਸੈਂਬਲੀ ਨੂੰ ਡਿਸਮਿਸ ਕਰ ਦੇਣ ਤਾਂ ਵੀ ਇਹ ਤਾਂ ਉਹ ਕਹਦੇ ਨੇ ਕਿ ਇਹਨਾਂ ਦੀ ਕੋਈ ਗੈਮਸਯੂਜ਼ ਕਰਨਗੇ ਇਹਨਾਂ ਦੇ ਕੋਲੇ ਪੈਸਾ ਪਿਆ ਹੈ ਹੂੰ ਹੂੰ ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਪੰਜਾਬ ਦੀ ਵਿਧਾਨ ਸਭਾ ਦੀ ਚੋਣ 2022 ਚ ਹੁੰਦੀ ਹੈ ਜੀ 92 ਐਮਐਲਏ ਇਹਨਾਂ ਦੇ ਆ ਗਏ ਔਰ ਬੜੀ ਥੰਪਿੰਗ ਮਜੋਰਟੀ ਆਈਡੀ ਮਜੋਰਟੀ ਪਹਿਲਾਂ ਕਿਸੇ ਵੀ ਇਕਲੀ ਪਾਰਟੀ ਕੋਲੇ ਨਹੀਂ ਹੈ ਪੰਜਾਬ ਚ ਨਹੀਂ ਆਈ ਹਾਂਜੀ ਪਰ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਦੁਬਾਰਾ ਰਿਪੀਟ ਕੀਤੀ ਹੈ 2024 ਚ ਆ ਗਈ ਜੀ ਤੇ ਜੇ ਹੁਣ ਉਹ ਕਹਿਣ ਦੀ ਸਾਡੇ ਹੱਕ ਹੀ ਤਾਂ ਫਤਵਾ ਦੇਤਾ ਭਾਰਤ ਦੇ ਲੋਕਾਂ ਨੇ ਤੇ ਤੁਹਾਡਾ ਤਾਂ ਬੁਰਾ ਹਾਲ ਹੋ ਗਿਆ ਪੰਜਾਬ ਚ ਤੁਹਾਨੂੰ ਤਿੰਨ ਸਟਾਈਆਂ ਇਸ ਕਰਕੇ ਤੁਹਾਡੀ ਜਿਹੜੀ ਇਹ ਸਰਕਾਰ ਹੈ ਇਹਦੇ ਵਿੱਚ ਲੋਕਾਂ ਦਾ ਭਰੋਸਾ ਨਹੀਂ ਰਿਹਾ ਜਾਂਦਾ ਕਾਂਗਰਸ ਦੇ ਵਿੱਚ ਭਰੋਸਾ ਆ ਗਿਆ ਹਾਂਜੀ ਬਿਲਕੁਲ ਬਿਲਕੁਲ ਤੇ ਤੁਹਾਡੇ ਤਾਂ ਉਹਨਾਂ ਭਰੋਸਾ ਨਹੀਂ ਰਿਹਾ ਇਸ ਕਰਕੇ ਸੀ ਤੁਹਾਡੀ ਸਰਕਾਰ ਤੋੜ ਦੇਣ ਤੇ ਫੇਰ ਚੀਕਾਂ ਕਿਵੇਂ ਨਿਕਲਣਗੀਆਂ ਜੀ ਇਸ ਕਰਕੇ ਜਿਹੜੀ ਇਹ ਬੇ ਮਤਲਬ ਜਿਹੜੀ ਇਹ ਪਾਈ ਨੂੰ ਕਮਾਗੇ ਬੇਵਜਾ ਦੀ ਦਲੀਲਵਾਜੀ ਕਰਕੇ ਉਹ ਪੰਚਾਇਤਾਂ ਤੋਂ ਪਾਣ ਕਰਤੀਆਂ ਸੀ ਜਦੋਂ ਰੌਲਾ ਪੈ ਗਿਆ ਤੇ ਰੌਲਾ ਪੈਣ ਤੋਂ ਬਾਅਦ ਮਾਮਲਾ ਹਾਈ ਕੋਰਟ ਚ ਚਲਾ ਗਿਆ ਜੀ ਤੇ ਫਿਰ ਦੋ ਅਧਿਕਾਰੀ ਸਸਪੈਂਡ ਕਰਤੇ ਕਹਿੰਦੇ ਜੀ ਇਹਨਾਂ ਨੇ ਕੀਤਾ ਹੈ ਲੇਕਿਨ ਫਿਰ ਕੁਝ ਹੀ ਦਿਨਾਂ ਦੇ ਬਾਅਦ ਬਿਕਰਮ ਸਿੰਘ ਮਜੀਠੀਆ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹ ਡਾਕੂਮੈਂਟ ਪੇਸ਼ ਕਰਦੇ ਆ ਕਿ ਆਹ ਲਓ ਜੀ ਇਹਦੇ ਤੇ ਭਗਵੰਤ ਮਾਨ ਦੇ ਵੀ ਦਸਤਕਤਾਂ ਐ ਤੇ ਪੰਚਾਇਤ ਮੰਤਰੀ ਦੇ ਵੀ ਦਸਤਕਤਾਂ ਉਦਾ ਫਿਰ ਜਵਾਬ ਕੋਈ ਨਹੀਂ ਅਲਟੀਮੇਟਲੀ ਹੋਇਆ ਕਿ ਉਹ ਦੋਨੇ ਜਿਹੜੇ ਹੈਗੇ ਆ ਅਫਸਰ ਬਹਾਲ ਹੋ ਗਏ ਕਿਉਂਕਿ ਚਾਰੀ ਸੀਟ ਤਾਂ ਜ਼ਾਹਿਰ ਹੀ ਨਹੀਂ ਕੀਤੀ ਜਾ ਸਕੀ ਉਹਨਾਂ ਦੇ ਖਿਲਾਫ ਹੂੰ ਹੂੰ ਉਹਨਾਂ ਦਾ ਕੋਈ ਕਸੂਰ ਬਣਦਾ ਹੀ ਨਹੀਂ ਸੀ ਸੋ ਡੇ 1 ਤੋਂ ਹੀ ਇਹਨੂੰ ਹੈਂਡਲ ਕਰਨ ਦਾ ਜਿਹੜਾ ਕੁਚਤ ਜਿਹਾ ਤਰੀਕਾ ਜੀ ਉਹ ਇਸਤੇਮਾਲ ਕੀਤਾ ਫਿਰ ਜਿਹੜਾ ਇਹਨਾਂ ਨੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਭੰਗ ਕਰਨ ਦਾ ਤੇ ਉਹ ਵਾਪਸ ਲੈ ਲਿਆ ਤੇ ਕਹਿੰਦੇ ਜੀ ਬਹਾਲ ਹੋ ਗਣਾ ਹੂੰ ਜਦੋਂ ਚੋਣਾ ਕਰਵਾਈਆਂ ਜਾਂ ਟਾਈਮ ਤਾਂ ਟੱਪ ਗਿਆ ਸੀ ਜੀ ਟਾਈਮ ਟੱਪਣ ਤੋਂ ਬਾਅਦ ਮਾਮਲਾ ਫਿਰ ਹਾਈ ਕੋਰਟ 'ਚ ਪਹੁੰਚ ਗਿਆ ਹਾਈ ਕੋਰਟ ਨੇ ਕਿਹਾ ਵੀ ਪਹਿਲਾਂ ਤੁਸੀਂ ਬੇਟ ਐਮੀਆ ਚੋਣਾ ਚੋਣਾ ਕਰਾਉਣ ਲੱਗੇ ਹੁਣ ਟੈਂਪਟ ਪਾਈ ਜਾਨੇ ਹੂੰ ਹੂੰ ਇਹ ਚੋਣਾ ਕਰਵਾਉਂਦੇ ਕਿ ਉਹ ਨਹੀਂ ਦਾ ਜਵਾਬ ਦਿਓ ਜੀ ਤੇ ਫਿਰ ਜਵਾਬ ਦੇਣ ਵਾਸਤੇ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਨਾ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਕਰਵਾ ਦੇਾਂਗੇ ਉੱਥੇ ਅੰਡਰਟੇਕਿੰਗ ਦੇ ਬੈਠੇ ਅੰਡਰਟੇਕਿੰਗ ਦੇਣ ਤੋਂ ਬਾਅਦ ਫਿਰ ਮਜਬੂਰੀ ਬਣ ਗਈ ਕਿ ਛੇਤੀ ਕਰੋ ਜੀ ਉਹ ਫਿਰ ਜਿਵੇਂ ਹੁੰਦੇ ਆ ਵੀ ਦਬੜੋ ਕੁਸੜੀ ਉਹ ਲਾਗੇ ਕਰਨ ਤੇ ਦਬੜੋ ਕੁਸੜੀ ਦਾ ਪਤਾ ਸੀਗਾ ਕਿ ਇਸ ਢੰਗ ਨਾਲ ਨਹੀਂ ਹੋਣਾ ਦੂਜਾ 2024 ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਸੀ ਇਨਾਂ ਦੇ ਵਿੱਚ ਭਾਰਤੀ ਜਨਤਾ ਆਪਣੀ ਆਮ ਆਦਮੀ ਪਾਰਟੀ ਨੂੰ ਲੋੜ ਮੁਤਾਬਕ ਜਿਹੜਾ ਸਮਰਥਨ ਨਹੀਂ ਮਿਲਿਆ ਕਿਉਂਕਿ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਮਾਨ ਸਾਹਿਬ ਉਹ ਕਹਿੰਦੇ ਸੀ 13 0 13 ਦੀਆਂ 13 ਸਾਡੇ ਕੋਲੇ ਆਉਣੀਆਂ ਬਾਕੀ ਸਾਰੇ ਜਿਹੜੇ ਹੋਰ ਦੇ ਦਾਂਗੇ ਔਰ ਮੈਨੂੰ ਜਿੰਨੀ ਕਿ ਜਾਣਕਾਰੀ ਮਿਲੀ ਹੈ ਦਾਨੀ ਵਾਲਿਆ ਸਭ ਕੁਝ ਬੰਦੇ ਨਾਲ ਗੱਲਾਂ ਬਾਤਾਂ ਹੋਈ ਹੈ ਕਹਿੰਦੇ ਵੀ ਇਹ ਪ੍ਰਭਾਵ ਜਿਹੜਾ ਹੈਗਾ ਕੇਜਰੀਵਾਲ ਨੇ ਵੀ ਹਾਸਲ ਕਰ ਲਿਆ ਸੀ ਅੱਛਾ ਜੀ ਕਿ ਸੀਟਾਂ ਸਾਨੂੰ ਵਾਵਾ ਆ ਜਾਣਗੀਆਂ ਠੀਕ ਹੈ ਕਾਰਨੇਸੀ ਕੇ ਜੋ ਉਹਨਾਂ ਨੂੰ ਫੀਡਬੈਕ ਭਗਵੰਤ ਸਾਨ ਮਾਨ ਹੋ ਰਹੀ ਨੇ ਦਿੱਤੀ ਉਹਨਾਂ ਨੇ ਕਿਹਾ ਜੀ ਇੰਟੈਲੀਜੈਂਸ ਏਜੰਸੀ ਕਾ ਵੀ ਇਹ ਗੱਲ ਕਹਿੰਦੀ ਹੈ ਹੂੰ ਹੂੰ ਇਹ ਫੀਡਬੈਕ ਦਿੱਤੀ ਤੇ ਇਸ ਫੀਡਬੈਕ ਦੇ ਆਧਾਰ ਤੇ ਉਹਨਾਂ ਨੇ ਵੀ ਆਪਦਾ ਮਨ ਬਣਾ ਲਿਆ ਜੀ ਲੇਕਿਨ ਆਮ ਆਦਮੀ ਪਾਰਟੀ ਦੇ ਕੁਝ ਸੰਜੀਦਾ ਲੋਕ ਜਿਹੜੇ ਜਾਣਦੇ ਸੀ ਕਿ ਗਰਾਊਂਡ ਰਿਐਲਿਟੀ ਕੀ ਹੈ ਉਹਨਾਂ ਨੇ ਦੱਸਤਾ ਸੀ ਹੂੰ ਹੂੰ ਉਹਨਾਂ ਨੇ ਦੱਸਤਾ ਸੀ ਕੇਜਰੀਵਾਲ ਸਾਹਿਬ ਨੂੰ ਕਿ ਸ਼੍ਰੀਮਾਨ ਜੀ ਐਵੇਂ ਨਾ ਤੁਸੀਂ ਕਿ ਪੁਲੇਖੇ ਚ ਆਪਣੇ ਪੱਲੇ ਕੱਖ ਨਹੀਂ ਪੈਣਾ ਹੂੰ ਹੂੰ ਲੋ ਦੀ ਫਿਰ ਨੇ ਕਾਲੀ ਕਾਲੀ ਦੇ ਵਿੱਚ ਜਿਹੜਾ ਪ੍ਰੋਗਰਾਮ ਬਣਾਤਾ ਤੇ ਪ੍ਰੋਗਰਾਮ ਬਣਾਉਣ ਤੋਂ ਬਾਅਦ ਜੀ ਕਿਉਂਕਿ ਫਿਰ ਨੁਕਤਾ ਚ ਨਹੀਂ ਹੋਣ ਲੱਗੀ ਜੀ ਕਹਿੰਦੇ ਐਮਐਲਏ ਦੀ ਸੁਣਵਾਈ ਨਹੀਂ ਹੋਈ ਹੂੰ ਤੇ ਸੁਣਵਾਈ ਆਸਤੇ ਖੁੱਲੀ ਛੁੱਟੀ ਜਦੀ ਫਿਰ ਸੁਣਵਾਈ ਇਹ ਨਹੀਂ ਹੋਣ ਲੱਗੀ ਕਿ ਉਹਨਾਂ ਨੇ ਲੋਕਾਂ ਦੇ ਟਿਕਾੜਾ ਟਿਕਾੜਾ ਤੀ ਪੈਸੇ ਮੰਗਣ ਲੱਗ ਗਏ ਮਤਲਬ ਆਮ ਤੌਰ ਤੇ ਬਹੁਤੇ ਥਾਵਾਂ ਤੇ ਇਲਜ਼ਾਮ ਲੱਗਦੇ ਆ ਕਿ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਜਿਤਾਉਣ ਵਾਸਤੇ ਜੀ ਉਹਨਾਂ ਦਾ ਰਾਹ ਪਤਰਾ ਕਰਨ ਵਾਸਤੇ ਲੋਕਾਂ ਦੇ ਕਾਗਜ਼ੀ ਰਦ ਕਰਵਾਏ ਤੇ ਜਾਂ ਪੈਸੇ ਲੈ ਕੇ ਰਦ ਕਰਵਾਏ ਜੀ ਅਰਜ਼ਰਬ ਤੇ ਜਨਰਲ ਕਰਵਾਉਣ ਦੇ ਮਾਮਲੇ 'ਚ ਵੀ ਕਹਿੰਦੇ ਪੈਸੇ ਚੱਲਦੇ ਬਿਲਕੁਲ ਇਤੋਂ ਤੱਕ ਦਾਨਿਆੜਿਆ ਸਾਹਿਬ ਜੀ دہشت گرد ਹੂੰ ਜਾਂ ਗੈਂਗਸਟਰ ਉਹ ਇਲਜ਼ਾਮ ਲਾਉਣ ਲੱਗ ਜਾਂ ਦੱਸੋ ਕੱਲ ਸ਼ਾਇਦ ਆਪਾਂ ਗੱਲ ਕੀਤੀ ਨਹੀਂ ਕੀਤੀ ਪਰ ਜਿਹੜੀ ਮੈਨੂੰ ਪਤਾ ਲੱਗਾ ਕੱਲ ਇੱਕ ਡੈਪੂਟੇਸ਼ਨ ਮਿਲਿਆ ਐਸਐਸਪੀ ਫਰੀਦਕੋਟ ਨੂੰ ਅੱਛਾ ਜੀ ਬੈਬਲ ਕਲਾ ਪਿੰਡ ਦਾ ਹਾਂ ਉਹ ਕਹਿੰਦੇ ਦੀ ਆ ਗੱਲ ਗਲਤ ਹੈ ਬਿਸਿਮਾ ਜਿਹੜਾ ਬਾਈਬਲ ਕਲਾ ਉਹਨੇ ਤੱਕੇ ਨਾਲ ਇੱਥੇ ਕਿਸੇ ਨੂੰ ਨੋਮੀਨੇਸ਼ਨ ਪੇਪਰ ਫਾਈਲ ਨਹੀਂ ਕਰ ਦਿੱਤੇ ਕਹਿੰਦੇ ਗੱਲ ਤੇ ਗੱਲ ਅਸਲ ਦੇ ਵਿੱਚ ਕਹਿੰਦੇ ਉਹਦੇ ਬਾਪ ਨੂੰ ਅਸੀਂ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਠੀਕ ਹੈ ਜੀ ਪਿੰਡ ਦੇ ਲੋਕ ਅਸੀਂ ਸਰਬਸੰਮਤੀ ਨਾਲ ਸਰਪੰਚ ਬਣਾਉਣਾ ਲੇਕਿਨ ਲੋਕਲ ਐਮਐਲਏ ਨੂੰ ਚੀਜ਼ ਹਜਮ ਨਹੀਂ ਆਉਂਦੀ ਹੂੰ ਤੇ ਲੋਕਲ ਐਮਐਲਏ ਦੀ ਪਰਿਵਾਰ ਤੋਂ 25 ਲੱਖ ਰੁਪਏ ਮੰਗਦੇ ਦੱਸੋ ਵੀ ਜੇ ਸਰਪੰਚ ਬਣਨਾ ਹੈ ਤਾਂ ਤੁਹਾਨੂੰ 25 ਲੱਖ ਦੇਣੇ ਪੈਣਗੇ ਉਹ ਕਹਿੰਦੇ ਵੀ ਪਿੰਡ ਨੇ ਬਣਾਉਣਾ ਕਹਿੰਦਾ ਪਿੰਡ ਕੌਣ ਹੁੰਦਾ ਹੂੰ ਤੇ ਫੇਰ ਉਹ ਕਹਿੰਦੇ ਨਹੀਂ ਸਾਡੇ ਪਰਚਾ ਦਰਜ ਕਰਾਤਾ ਸੇਮੇਲਾ ਵੀ ਸ਼ਾਇਦ ਜਮਾਨਤ ਦੇ ਬਾਹਰ ਆਇਆ ਸੀ ਪੀਓ ਤੇ ਵੀ ਉਹਨਾਂ ਦੇ ਪਰਚਾ ਦਾ ਲਿਖਦਾ ਭੱਜ ਗਏ ਜਦੋਂ ਪਿੰਡੇ ਦੇ ਲੋਕਾਂ ਨੇ ਹੋਰ ਕਿਸੇ ਨੇ ਅਪਲਿਕੇਸ਼ਨ ਪੇਪਰ ਫਾਈਲਿੰਗ ਕੀਤਾ ਜਿਹਨੇ ਫਾਈਲ ਕਰਨਾ ਸੀ ਉਹਨੂੰ ਕਰਨੀ ਦੇਤੇ ਕਰਨ ਨਹੀਂ ਦਿੱਤੇ ਤੇ ਉਹ ਰੜੇ ਮਤਾਂ ਗਿਆ ਨਤੀਜਾ ਇਹ ਹੋਇਆ ਕਿ ਉੱਥੇ ਕਿਸੇ ਨੇ ਪੇਪਰ ਹੀ ਫਾਈਲ ਨਹੀਂ ਕੀਤੇ ਜੀ ਤੇ ਕੱਲ ਫਿਰ ਐਸਐਸਪੀ ਦਫ਼ਤਰ ਦੇ ਵਿੱਚ ਜਾ ਕੇ ਜਿਹੜੀ ਉਹ ਤਰਖਾਸ ਦੇ ਕੇ ਆਏ ਉਹ ਕਹਿੰਦੇ ਜੀ ਆ ਪਰਚੇ ਵੀ ਨਹੀਂ ਆਇਆ ਜੈ ਹਮ ਔਰ ਆ ਸਾਨੂੰ ਬਦਨਾਮ ਕੀਤਾ ਜਾ ਰਿਹਾ ਕਿ ਗੈਂਗ ਸਟਰਾ ਨੇ ਇੱਥੇ ਜਿਹੜੀ ਹੈਗੀ ਹੈ ਉਹ ਇਹ ਗੱਲ ਇਹ ਨੇ ਡਿਸਟਰਬ ਕੀਤੀ ਹੈ ਚੋਣ ਇਹ ਗੱਲ ਗਲਤ ਹੈ ਸਿਮਰ ਦਾ ਚਾਚਾ ਗੁਰਮੀਤ ਸਿੰਘ ਅਛੇ ਜਿਹਦਾ ਨਾਂ ਤੇ ਉਹਨੇ ਸਾਰੀ ਗੱਲ ਗੱਲ ਮੀਡੀਆ ਨਾਲ ਸਾਂਝੀ ਕੀਤੀ ਹੈ ਕਿ ਜੀ ਆ ਖਸ ਹੋ ਰਿਹਾ ਹੁਣ ਇੰਨਾ ਹਾਲਾਤਾਂ ਚ ਦੰਨੇ ਵਾਲੀਆ ਸਭ ਦੇਖ ਲੋ ਫਿਰ ਲੋਕਾਂ ਨੇ ਹਾਈ ਕੋਰਟ ਜਾਣਾ ਹੀ ਸੀ ਵੱਡੀ ਤਦਾਦ ਦੇ ਵਿੱਚ ਲੋਕ ਹਾਈ ਕੋਰਟ ਗਏ ਪਹਿਲਾਂ ਮਾਨਯੋਗ ਹਾਈ ਕੋਰਟ ਨੇ ਕਹਿਤਾ ਸੀ ਕਿ ਠੀਕ ਤਰੀਕੇ ਨਾਲ ਕਰਾਓ ਜੀ ਲੋਕਾਂ ਦੇ ਤੁਸੀਂ ਜਿਹੜੇ ਹੈਗੇ ਕਿਉਂਕਿ ਅੱਜ ਕੱਲ੍ਹ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਛੁੱਟੀਆਂ ਹਨ ਜੀ ਤਾਂ ਵੋਕੇਸ਼ਨ ਕੋਲਡਾ ਚੱਲਦੇ ਗਏ ਉਦੋਂ ਜੱਜ ਸਾਹਿਬ ਨੇ ਕਹਿੰਦਾ ਸੀ ਭਾਈ ਇੱਕੇ ਦਿਨ ਦੇ ਵਿੱਚ ਸਾਰੇ ਇਹਨਾਂ ਨੂੰ ਚੁੱਲਾ ਟੈਕਸ ਵਗੈਰਾ ਦੀਆਂ ਰਸੀਦਾਂ ਦੇ ਦਿਓ ਇਹਨਾਂ ਨੂੰ ਐਨਓਸੀ ਦੇ ਦਿਓ ਔਰ ਤੁਸੀਂ ਇਲੈਕਸ਼ਨ ਕਰਾਓ ਕੋਈ ਗੱਲ ਨਹੀਂ ਜੇ ਭਾਈ ਜਿਹੜੇ ਰਹਿ ਰੂਗੇ ਉਹ ਤੁਸੀਂ ਜਾਂਦੇ ਰਹੋ ਪਟੀਸ਼ਨਾਂ ਦੇ ਵਿੱਚ ਪਰ ਫਿਰ ਵੀ ਜੇ ਕੋਈ ਗੰਭੀਰ ਮਾਮਲਾ ਆ ਗਿਆ ਜੀ ਫਿਰ ਵੀ ਹਾਈ ਕੋਰਟ ਆ ਸਕਦੇ ਤੇ ਗੰਭੀਰ ਮਾਮਲੇ ਇੰਨੇ ਆ ਗਏ ਜੀ ਕਿ ਕੱਲ 250 ਤੋਂ ਵੱਧ ਮਾਮਲੇ ਜਿਹੜੇ ਹੈਗੇ ਆ ਉਹ ਉਹ ਆ ਗਏ ਹਾਈ ਕੋਰਟ ਕੋਲੇ ਜੀ ਤੇ ਹਾਈ ਕੋਰਟ ਨੇ ਪੁੱਛਿਆ ਇਹਨਾਂ ਨੂੰ ਵੀ ਦੱਸੋ ਇਹ ਕੀ ਹੋਈ ਜਾਂਦਾ ਕੈਨੇਡੀਅਸੀ ਜਵਾਬ ਫਾਈਲ ਕਰਾਂਗੇ ਤੇ ਉਹਨਾਂ ਨੇ 250 ਪਿੰਡਾਂ 'ਚ ਮੇਰੇ ਖਿਆਲ ਵੱਧ ਹੀ ਆਏ ਤੋਂ ਉਹ ਜਿਹੜੀ ਹੈ ਇਲੈਕਸ਼ਨ ਸਟੇ ਕਰਤੀ ਹੈ ਜੀ 14 14 ਤਾਰੀਖ ਨੂੰ ਅਗਲੀ ਸੁਣਵਾਈ ਹੋਣੀ ਹੈ 15 ਨੂੰ ਇਲੈਕਸ਼ਨ ਹੋਣੀ ਹੈ 15 ਨੂੰ ਤਾਂ ਉਹਨੇ ਇਲੈਕਸ਼ਨ ਹੁੰਦੀ ਨਹੀਂ 15 ਤੋਂ ਬਾਅਦ ਇਲੈਕਸ਼ਨ ਹੋਊਗੀ ਪਰ ਹੁਣ ਅਗਲਾ ਸਵਾਲ ਖੜਾ ਹੋ ਗਿਆ ਜੀ ਇਹ ਇਲੈਕਸ਼ਨ ਸਟੇ ਕਿਹੜੀ ਹੋਈ ਹੈ ਉਹਨਾਂ ਪਿੰਡਾਂ ਦੀ ਹੋਈ ਹੈ ਜਿਨ੍ਹਾਂ ਨੇ ਪਟੀਸ਼ਨ ਕਰਾਈ ਪਟੀਸ਼ਨਾਂ ਪਈਆਂ ਦੂਜਿਆਂ ਦੀਆਂ ਨਹੀਂ ਹੋਈ ਦੂਜਿਆਂ ਦੀ ਹੋਈ ਨਹੀਂ ਹੁਣ ਜੇਦੋਂ ਅਜੇ ਤੱਕ ਸਮਾਂ ਹੈਗਾ ਹਾਂ ਲੋਕ ਮਿਹਰ ਪਾਏਗੇ ਜਦੋਂ ਇੱਕ ਕਾਰਡਰ ਪਾਸ ਹੋ ਗਿਆ ਜੇ ਕੋਈ ਹੋਰ ਬੰਦਾ ਵੀ ਐਪਲੀਕੇਸ਼ਨ ਪਾਊਗਾ ਰਟ ਪਾਊਗਾ ਤਾਂ ਉਹਦੇ ਤੇ ਵੀ ਲਾਗੂ ਹੋਊਗਾ ਰਾਜਾ ਸੁਖਵੀਰ ਬਾਦਲ ਨੇ ਕੱਲ ਬਿਆਨ ਦਿੱਤਾ ਵੀ ਦਵਾ ਦਾ ਪਹੁੰਚੋ ਹਾਈ ਕੋਰਟ ਰਾਜਾ ਬਣਿੰਗ ਨੇ ਰਾਤ ਲਾਈਵ ਹੋ ਕੇ ਕਿਹਾ ਜੀ ਕਿ ਭਾਈ ਅਸੀਂ 57 ਕੇ 67 ਪਟੀਸ਼ਨਾਂ ਅਸੀਂ ਕਿਧਰ ਵਾਲੇ ਪਾ ਰਹੇ ਹਾਂ ਜੀ ਤੇ ਪੰਜਾਬ ਦੇ ਲੋਕੋ ਜਾਓ ਉਹਨਾਂ ਵਕੀਲਾ ਕੋਲੀ ਜਿਨ੍ਹਾਂ ਨੇ ਪਹਿਲਾਂ ਪਾਓ ਜਾ ਕੇ ਤੁਸੀਂ ਅਜੇ ਤੁਹਾਡੇ ਕੋਲ ਮੌਕਾ ਹੈਗਾ ਤੁਸੀਂ ਪਟੀਸ਼ਨਾਂ ਪਾਓ ਅੱਜ ਪਤਾ ਨਹੀਂ ਕਿੰਨੀਆਂ ਹੋਰ ਪੈ ਗਈਆਂ ਹੋਣਗੀਆਂ 100 ਪਟੀਸ਼ਨਾਂ ਅੱਜ ਲੱਗੀਆਂ ਹੋਈਆਂ ਸਾਈਕਲੋ ਸਟਾਈਲ ਕੱਢੀ ਬੈਠੇ ਹੋਣੇ ਅੱਜ 100 ਪਟੀਸ਼ਨਾਂ ਹੋਰ ਲੱਗੀਆਂ ਹੋਈਆਂ ਅਸੀਂ ਕੱਲ ਵਾਲੀਆਂ 250 ਤੋਂ ਇਲਾਵਾ ਉਹਦੇ ਆਸਤੇ ਵੀ ਕਹਿੰਦੇ ਵੀ ਟਾਈਮ ਹੈ ਨਹੀਂ ਸੀ ਉਹ ਸ਼ਾਇਦ ਅਗਲੀ ਬੇਸ਼ੀ ਪੈਗੀ ਤੇ ਨਮੀਆਂ ਅੱਜ ਹੋ ਰ ਆ ਜਾਣਗੀਆਂ ਦੱਸੋ ਤੇ ਮੈਂ ਕੱਲ ਆਮ ਆਦਮੀ ਪਾਰਟੀ ਦੇ ਇੱਕ ਸਪੋਕਸਪਰਸਨ ਨੂੰ ਸੁਣ ਰਿਹਾ ਸੀ ਜੀ ਉਹ ਕਹ ਰਿਹਾ ਸੀ ਜੀ ਕੋਈ ਗੱਲ ਨਹੀਂ 250 ਰੋਕੀਏ 13000 ਤੋਂ ਬਾਅਦ ਪੰਚਾਇਤਾਂ ਸਾਰੀਆਂ ਤਾਂ ਨਹੀਂ ਨਾ ਰਾਜੀ ਇਹ ਤਾਂ ਕਹਿੰਦੇ ਬਹੁਤ ਵੱਡੀ ਜਿਹੜੀ ਸਾਨੂੰ ਰਾਹਤ ਹੈ ਸਰਕਾਰ ਨੂੰ ਰਾਹਤ ਹੈ ਫਿੱਟੇ ਮੂੰਹ ਤੁਹਾਡੇ ਮਤਲਬ ਜੇ ਆਪਾਂ ਕਹਦੀਏ ਗੋਡਿਆਂ ਦੇ ਤੇ ਉੱਠੇ ਹੱਤੋਂ ਨਾ ਜਾਵੇ ਹੁਣ ਜਿਹੜਾ ਤੁਸੀਂ ਕਹੀ ਜਾਂਦੇ ਹੋ ਵੀ ਇਹ ਸਾਨੂੰ ਬਹੁਤ ਵੱਡੀ ਰਾਹਤ ਹੈ ਤੁਸੀਂ ਇਹ ਕਿਉਂ ਨਹੀਂ ਦੱਸਦੇ ਕਿ 250 ਪੰਚਾਇਤਾਂ ਦੀ ਜਿਹੜੀ ਤੁਸੀਂ ਚੋਣ ਕਰਾਉਣੇ ਥੋੜੀ ਸਰਕਾਰ ਨੂੰ ਰੋਕਤਾ ਇਹ ਇਹ ਕੋਈ ਛੋਟੀ ਗੱਲ ਨਹੀਂ ਇੱਕ ਬਹੁਤ ਵੱਡੀ ਗੱਲ ਹੈ ਤੇ ਅੱਜ ਜੇ 100 ਹੋਰ ਆ ਗਈਆਂ 200 ਹੋਰ ਆ ਗਈਆਂ ਜੇ 5 700 ਪੰਚਾਇਤਾਂ ਦੀਆਂ ਚੋਣਾਂ ਰੁਕ ਗਈਆਂ ਤੇ ਫਿਰ ਮੰਗ ਰਹੀ ਤਾਂ ਫਿਰ ਦੁਬਾਰਾ ਨੋਟੀਫਿਕੇਸ਼ਨ ਜਾਰੀ ਕਰਨਾ ਪੈਣਾ ਕਿ 15 ਦਾ ਚੋਣ ਹੋਣੀ ਨਹੀਂਗੀ ਬਿਲਕੁਲ ਔਰ ਇਹ ਆਪਣੇ ਆਪ ਦੇ ਵਿੱਚ ਤੁਹਾਡੀ ਪ੍ਰਸ਼ਾਸਨਿਕ ਪਕੜ ਕਿੰਨੀ ਕੁ ਮਜ਼ਬੂਤ ਹੈ ਇਹ ਉਹਦੇ ਦੇ ਨਿਰਭਰ ਕਰਦਾ ਤੇ ਅਜੇ ਨਹੀਂ ਹੁਣ ਤਬਦੀਲੀਆਂ ਹੋਈਆਂ ਨਾ ਹਾਂ ਹਾਂ ਜਿਹੜੀਆਂ ਹੁਣ ਪ੍ਰਸ਼ਾਸਨਿਕ ਪਦਰ ਤੇ ਤਬਦੀਲੀਆਂ ਹੋ ਰਹੀਆਂ ਠੀਕ ਹੈ ਸਾਡੇ ਪੰਜਾਬ ਵਾਲਿਆਂ ਨੂੰ ਉਹਨਾਂ ਪ੍ਰਸ਼ਾਸਨਿਕ ਤਜਰਬਾ ਨਹੀਂ ਜੀ ਪਰ ਉਹ ਦਿੱਲੀ ਵਾਲਿਆਂ ਨੂੰ ਤਾਂ ਪਤਾ ਵੀ ਆਗੀ ਇਲੈਕਸ਼ਨ ਆਗੀ ਹਾਂ ਇਲੈਕਸ਼ਨ ਤੁਹਾਡੀ ਦਿੱਲੀ ਵਾਲੀ ਵੀ ਆਗੀ ਹਾਂ ਔਰ ਉਹ ਤੋਂ ਬਾਅਦ ਫਿਰ ਜਿਹੜੀ 27 ਫੇਰ ਇਲੈਕਸ਼ਨ ਆਗੀ ਦੇਦੇ ਆਹੀ ਕੁਛ ਰਿਆ ਤਾਂ ਫਿਰ ਮਤਲਬ ਕੋਈ ਟਿਕਲਾ ਨਾ ਨਾ ਮਿਲਦਾ ਮਿਲਦਾ ਹੀ ਨਹੀਂ ਹਾਂ ਹਾਂ ਵੀ ਜੇ ਟਿਕਟ ਮੰਗੇ ਤੇ ਮਗਰ ਮਗਰ ਤੁਰੇ ਫਿਰਾਂਗੇ ਆਪਾਂ ਟਕਟਾ 92 ਵੀ ਜਿਹੜੇ ਆਏ ਨਾ ਦਾਨ ਵਾਲਿਆ ਸਾਬ ਮੰਗਣ ਘਟ ਗਏ ਸੀ ਲੋਕਾਂ ਨੂੰ ਘਰੇ ਦੇਣ ਗਏ ਸੀ ਲੈ ਲੋ ਤਾਂ ਮਾਹੌਲ ਇਹੋ ਜਿਹਾ ਬਣ ਗਿਆ ਵੀ ਉਜਿੱਤ ਗਿਆ ਸੋ ਇਹ ਕੁੱਲ ਮਿਲਾ ਕੇ ਜਿਹੜਾ ਨਾ ਆਮ ਆਦਮੀ ਪਾਰਟੀ ਇੱਥੇ ਖਤਰਾ ਖਾ ਰਹੀ ਹੈ ਤੇ ਸਾਬ ਮੈਂ ਅੱਜ ਦੇਖ ਰਿਆ ਸੀ ਲੁਧਿਆਣੇ ਦੇ ਨਾਲ ਗੱਲ ਪਿੰਡਾਂ ਮਿਲੇ ਬਿਲਕੁਲ ਉਹਦੇ ਵਿੱਚ ਹੀ ਆ ਗਿਆ ਉੱਥੋਂ ਦਾ ਕੋਈ ਦਵਿੰਦਰ ਸਿੰਘ ਹੈ ਹੂੰ ਉਹ ਕਹਿੰਦਾ ਯਾਰ ਮੇਰੇ ਤੇ ਕੋਈ ਪਰਚਾ ਨਹੀਂ ਕਹਿੰਦਾ ਮਰਾਡੋ ਚੌਂਕੀ ਆ ਉੱਥੇ ਕਿਉਂਕਿ ਮਰਾਡੋ ਇੱਕ ਇੰਡਸਟਰੀਅਲ ਇੰਸਟੀਚਿਊਟ ਆ ਕੋਈ ਹੂੰ ਤੇ ਉੱਥੇ ਚੌਂਕੀ ਐ ਮਰਾਡੋ ਚੌਂਕੀ ਵਜਦੀ ਐ ਥਾਣਾ ਸਦਰ ਪੈਂਦਾ ਹੂੰ ਕਹਿੰਦਾ ਮੈਨੂੰ ਦੂਜੇ ਦਿਨ ਸੱਦ ਲੈਂਦਾ ਤੇਰੀ ਭੈਣ ਕਿੱਥੇ ਰਹਿੰਦੀ ਐ ਤੇਰਾ ਭਰਾ ਕਿੱਥੇ ਰਹਿੰਦਾ ਤੇਰੇ ਤੇ ਪਰਚੇ ਕਿੰਨੇ ਆ ਉਹ ਦੱਸ ਕਹਿੰਦਾ ਯਾਰ ਮੈਂ ਨਾ ਥੱਬਾ ਚੱਕੀ ਫਿਰਦਾ ਮੈਂ ਕਹਿੰਦਾ ਕੀ ਦੀਆਂ ਕੀ ਦੀਆਂ ਸਫਾਈਆਂ ਨੇ ਕਹਿੰਦਾ ਅੱਜ ਤਾਂ ਕਹਿੰਦਾ ਹੱਦ ਹੋ ਗਈ ਕਹਿੰਦਾ ਲੋਕਾਂ ਦੇ ਆ ਪੰਜੇ ਕਹਿੰਦਾ ਦੇਖੋ ਮੇਰੇ ਪੰਜੇ ਦੇ ਨਿਸ਼ਾਨ ਲੈ ਆ। ਪੰਜੇ ਦੇ ਤਾਂ ਲੈ ਲੈ ਢੱਲੋ ਸਾਹਿਬ ਜਰਾਬਾ ਲਾ ਕੇ ਦਿਖਾਈਆਂ ਪੈਰਾਂ ਦੇ ਵੀ ਲਈ ਬੈਠੇ ਆ। ਮੈਂ ਪਹਿਲੀ ਵਾਰੀ ਦੇਖਿਆ ਦੱਸ। ਹਾਂ। ਕਹਿੰਦਾ ਯਾਰ ਜਲੀਲ ਕਰਨ ਦੀ ਕੋਈ ਹੱਦ ਹੁੰਦੀ ਹੈ। ਨਹੀਂ ਨਹੀਂ ਉਹ ਕਿਉਂ ਲੈ ਆ। ਹੁਣ ਮੈਂ ਤੁਹਾਨੂੰ ਅਗਲੀ ਗੱਲ ਸੁਣਵੇਂ ਅਗਲੀ ਕੀ ਗੱਲ ਉਹ ਸ਼ਾਇਦ ਉਹਨੂੰ ਨਹੀਂ ਪਤਾ ਹੋਵੇ। ਉਹਨੂੰ BC 10 ਚ ਪਤਾ। ਅੱਛਾ 10 ਨੰਬਰੀਆ ਬਦਮਾਸ਼ ਬਣਦਾ। ਜਦੋਂ ਪੈਰਾਂ ਦੇ ਲੈ ਲੈ ਜਦੋਂ ਪੈਰਾਂ ਤੇ ਹੱਥਾਂ ਦੇ ਲੈਣ ਲੱਗਿਆ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਲੈ ਲੇ ਤੇ ਤੁਹਾਡੀਆਂ ਤਸਵੀਰਾਂ ਲੈਣ ਲੱਗੇ ਲੈ ਲੈਣ। ਉਦੋਂ ਸਮਝ ਲਓ ਜ 10 ਨੰਬਰੀ ਇਸ ਪੌਣਾ ਵੀ ਇਹ ਬਦਮਾਸ਼ ਆ ਬੰਦਾ ਪਾਵੇ ਕੋਈ ਪਰਚਾ ਹੋਵੇ ਨਾ ਹੋਵੇ ਨਹੀਂ ਨਹੀਂ ਜੇ ਤੁਹਾਨੂੰ ਕਨਵਿਕਸ਼ਨ ਨਹੀਂ ਹੋਈ ਹਾਂ ਤੁਸੀਂ ਦੋਸ਼ੀ ਸਾਥ ਨਹੀਂ ਹੋਏ ਤਿੰਨ ਕੇਸਾਂ ਦੇ ਵਿੱਚ ਤਾਂ ਨਹੀਂ ਬੜਾਇਆ ਜਾ ਸਕਦਾ ਪਰ ਇੱਥੇ ਤਾਂ ਕੁੱਤੀ ਪੀਦੀ ਤੇ ਚੱਟੀਆਂ ਦੀ ਮੈਂ ਇੱਕ ਅੱਜ ਕ ਐਫਆਈਆ ਹੋਰ ਹੋਰ ਦੇਖੀ ਜੀ ਇੱਕ ਬਠਿੰਡੇ ਦਾ ਕੇਸ ਮੇਰੇ ਸਾਹਮਣੇ ਆਇਆ ਜੀ ਕੋਈ ਕਿਤੇ ਮਾੜਾ ਮੋਟਾ ਜੁਆਕਾਂ ਦਾ ਝਗੜਾ ਹੋ ਗਿਆ ਕਿਸੇ ਵਿਆਹ ਦੇ ਵਿੱਚ ਹੂੰ ਉਹ ਝਗੜੇ ਦੇ ਵਿੱਚ ਕੁੱਟਮਾਰੀ ਹੋ ਗਈ ਇੱਕ ਬੰਦੇ ਨੇ ਕਿਸੇ ਨੇ ਕਹਿੰਦੇ ਕੋਈ ਵੀਡੀਓ ਵੀਡੀਓ ਬਣਾ ਲਈ ਹੂੰ ਬੰਦੇ ਨੇ ਜਿੱਦੇ ਤੇ ਕੁੱਟ ਪਈ ਉਹਨੇ ਘਰੇ ਜਾ ਕੇ ਨਹੀਂ ਦੱਸਿਆ ਹਾਂ ਮਹੀਨੇ ਬਾਅਦ ਕਿਤੇ ਉਹਦੀ ਵੀਡੀਓ ਵਾਇਰਲ ਹੋ ਗਈ ਜੀ ਉਹ ਘਰ ਦੇ ਕਹਿੰਦੇ ਵੀ ਤੈਨੂੰ ਆ ਕਿਉਂ ਹੋ ਗਿਆ ਕਹਿੰਦਾ ਜੀ ਮੈਨੂੰ ਤਾਂ ਕੁੱਟਿਆ ਸੀ ਇਲੈਕਸ਼ਨ ਦਾ ਜ਼ੋਰ ਸੀ ਉਹਨਾਂ ਦਾ ਦਾ ਪੈ ਗਿਆ ਹੂੰ ਉਹਨਾਂ ਨੇ ਆ ਕੇ ਜੀ ਮਤਲਬ ਕੰਪਲੇਨਟ ਕੀਤੀ ਪੁਲਿਸ ਵਾਲਿਆਂ ਨੇ ਲਿਆਓ ਜੀ ਠੀਕ ਹੈ ਕੋਈ ਗੱਲ ਨਹੀਂ ਮਤਲਬ ਆਪਾਂ ਕਵਾਂਗੇ ਪੰਥ ਹੈ ਜਦੀ ਹੈਗੀ ਹੈ ਇਨਸਾਫਪਸੰਦ ਸਰਕਾਰ ਦੀ ਗੱਲ ਕਰਦਾ ਹੈ ਸਰਕਾਰ ਚ ਹਾਂਜੀ ਕਹਿੰਦੇ ਜੀ ਕਰਦ ਨੇ ਹੂੰ ਦਾਨੇ ਵਾਲਿਆ ਸਭ ਬੰਦੇ ਦੇ ਛੱਟ ਕੋਈ ਨਹੀਂ ਵੱਜੀ ਜੀ ਬੰਦੇ ਦਾ ਮੈਡੀਕਲ ਕੋਈ ਨਹੀਂ ਹੋਇਆ ਬੰਦਾ ਅਸਪਤਾਲ ਚ ਦਾਖਲ ਨਹੀਂ ਹੋਇਆ ਠੀਕ ਹੈ ਜ ਤੇ ਤਨਸੋ 77307 ਲਾਤੀ 307 ਲਾਤੀ ਕਹਿੰਦੇ ਹਲੋ ਜੀ 307 ਲਾਤੀ ਉਹ ਬੰਦੇ ਕਹਿੰਦੇ ਵੀ ਹੁਣ ਇਹਦਾ ਕੀ ਹੋਊਗਾ ਫਰਾਨਾ ਹੋਊਗਾ ਮੈਂ ਕਿਹਾ ਯਾਰ ਇਹਨੂੰ ਪਾ ਦਿਓ ਹਾਈ ਕੋਰਟ ਚ ਕੁਐਸ਼ਨ ਪਾ ਦਿਓ ਜਿੱਥੇ ਤੁਹਾਡੇ ਕੋਲੇ ਕੋਈ ਸਬੂਤ ਹੀ ਹੈ ਨਹੀਂ ਹਾਂ ਇੱਕ ਬੰਦਾ ਕਹਿੰਦਾ ਕਿ ਮੇਰੇ ਸੱਟ ਮਾਰਤੀ ਜੀ ਮੇਰੇ ਤਾਂ ਥਾਉਣ ਕੁੱਟਦੀ ਸੀ ਹੂੰ ਇੱਕ ਆਈਓ ਜਾਂ ਜਿਹੜਾ ਕੋਈ ਜਿਹੜਾ ਡਿਊਟੀ ਅਫਸਰ ਉਹ ਕਿਵੇਂ ਪ੍ਰੀਜ਼ੂਮ ਕਰ ਲੂਗਾ ਕਿ ਇਹ ਮਰਨ ਵਾਲੀ ਸੀ ਮਰਨ ਵਾਲੀ ਸੀ ਹਾਂ ਜਿੰਨੀ ਦੇ ਡਾਕਟਰ ਨੇ ਨਹੀਂ ਕਿਹਾ ਜਿੰਨੀ ਦੇ ਜੇ ਤੁਹਾਡੇ ਕੁੱਟਕਟਾਪਾ ਵੀ ਬਾਹਲਾ ਹੋ ਜੇ ਤੁਹਾਡੇ ਕੋਈ ਮਤਲਬ ਮਰਨ ਵਾਲਾ ਚੰਡ ਨਾ ਹੋਵੇ ਤੁਹਾਡੇ ਬਾਈਟਲ ਪਾਰਟ ਤੇ 67 ਨਾ ਵੱਜੀ ਉਹ 357 ਨਹੀਂ ਲੱਗਦੀ ਤਾਂ ਵੀ 368 ਲੱਗਦੀ ਹੈ ਠੀਕ ਹੈ ਜੀ ਤੇ 368 ਲੱਤੀ ਹੂੰ ਇਹ ਇੱਥੇ ਦਾ ਹਕਮ ਹੋ ਜਾਂਦਾ ਇਹ ਤਬਦੀਲੀ ਹੈ ਤਬਦੀਲੀ ਹੈ ਇਹ ਤਬਦੀਲੀ ਹੈ ਮਤਲਬ ਬਦਲਾ ਹੈ ਬਦਲਾ ਹੈ ਬਦਰਾ ਹੋਣ ਦੇ ਬਾਵਜੂਦ ਵੀ ਜੇ ਮੇਰੇ ਖਿਆਲ ਆ ਵੀ ਇੱਕ ਵਾਰੀ ਪਹਿਲਾਂ ਮਠੰਡੇ ਚ ਪਰਚਾ ਹੋਰ ਹੋਇਆ ਸੀ ਕਿ ਬੰਦਾ ਜਿਉਂਦਾ ਪਿਆ ਸੀ ਜਿਉਂਦਾ ਪਿਆ ਸੀ ਤੇ ਉਹ ਤੇ ਉਹ ਕਹਿੰਦੇ ਵੀ ਉਹਨੂੰ ਧਮਕੀ ਦੇਦੀ ਮਾਰਨ ਦੀ 302 ਲਾਤੀ ਸੀ ਹਾਂ ਬਾਬੇ ਬਾਬੇ ਆਦਮ ਦੀ ਜਿਹੜੀ ਹੈ ਹਾਂ ਬਿਲਕੁਲ ਤੇ ਹੁਣ ਟੱਲੋ ਸਭ ਗੱਲ ਇਹ ਹੋ ਕੇ ਕਤਲਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਇਹ ਵੀ ਬੜਾ ਇੱਕ ਮੈਂ ਪਿਛਲੀ ਵਾਰੀ ਵੱਤ ਤੋਂ ਆਦਾ ਪੱਕ 2 ਕਤਲ ਉਹ ਵੀ ਨਹੀਂ ਸੁਣੀ ਸੀ ਕੋਈ ਲੜਾਈ ਪੜਾਈ ਹਾਂ ਉਦੋਂ ਪਿਛਲੀਆਂ ਚੋਣਾ ਜਰੂਰ ਆ ਬਠਿੰਡੇ ਇੱਕ ਡਾਂਗ ਸੋਟਾ ਡਲੇ ਫੱਟੇ ਚੱਲੇ ਸੀ ਉਹ ਵੋਟਾਂ ਵਾਲੇ ਦਿਨ ਵੋਟਾਂ ਵਾਲੇ ਦਿਨ ਤਾਂ ਸੁਣੀ ਸੀ ਆ ਕੀ ਹੋਈ ਜਾਂਦਾ ਜੀ ਹੁਣ ਉਹ ਮੁੰਡਾ ਗੁਰਪ੍ਰੀਤ ਹਰੀ ਨੋ ਉਹਦਾ ਕਤਲ ਹੋ ਗਿਆ ਫਿਰ ਪੱਟੀ ਜੀ ਕਤਲ ਹੋ ਗਿਆ ਇੱਕ ਅੱਧਾ ਹੋਰ ਹੋ ਗਿਆ ਦਨੜੀਏ ਸਭ ਸਾਰੇ ਜਿਹੜੇ ਹੈਗੇ ਤਾਂ ਕਤਲੇ ਨੂੰ ਆਪਾਂ ਵੋਟਾਂ ਨਾਲ ਨਹੀਂ ਜੋੜ ਸਕਦੇ ਕਈ ਵਾਰੀ ਇਹ ਹੁੰਦਾ ਕਿ ਵੋਟਾਂ ਵਾਲੇ ਖਾਤੇ 'ਚ ਪੈ ਜਾਂਦੀਆਂ ਠੀਕ ਹੈ ਜਿਵੇਂ ਇੱਥੇ ਆਪਣੇ ਕੈਂਸਰ ਦੀਆਂ ਕੈਂਸਰ ਚ ਪਾਤੀਆਂ ਸੀ ਮੌਤਾਂ ਹਾਂ ਬਹੁਤ ਬੰਦਾ ਮਰ ਜਾਂਦਾ ਕਿਸੇ ਨਾਲ ਹੋਰ ਮਾਮਲੇ ਚ ਕਹਿੰਦੇ ਵੀ ਕੈਂਸਰ ਹੋ ਗਿਆ ਕੈਂਸਰ ਹੋ ਗਿਆ ਕਈ ਵਾਰੀ ਕਰੋਨਾ ਚ ਬੜੇ ਪਾਤੇ ਸੀ ਹਾਂਜੀ ਵੀ ਇਹ ਕਰੋਨਾ ਨਾਲ ਮਰ ਗਿਆ ਬੰਦੇ ਦਾ ਗਲ ਕੁੱਟ ਕੇ ਮਾਰ ਦਿੰਦੇ ਕਹਿੰਦੇ ਕਰੋਨਾ ਕਰੋਨਾ ਨਾਲ ਮਰ ਗਿਆ ਉਹਦੇ ਕਿਹੜੇ ਕਿਸ ਨੇ ਮੈਡੀਕਲ ਕਵਰ ਕਰ ਦੇਦਾ ਉਹਦੇ ਕਰਦੇ ਨੇੜੇ ਨਹੀਂ ਸੀ ਲੱਗ ਸਕਾਰ ਕਰਨੀ ਆ ਜੇ ਸੀ ਮਤਲਬ ਇਹ ਬੜਾ ਕੁਸ਼ੇ ਇਸ ਮਾਮਲੇ ਚ ਪੈ ਜਾਂਦਾ ਹੁੰਦਾ ਹੁਣ ਇਹ ਗੁਰਪ੍ਰੀਤ ਹਰੀ ਨਾਮ ਦੀ ਜਿਹੜੀ ਮੌਤ ਹੋਈ ਹੈ ਜੀ ਇਹਨੂੰ ਲੱਗੇ ਬਿਵਾਦ ਬੜਾ ਖੜਾ ਹੋਏ ਅੱਛਾ ਜੀ ਕਹਿੰਦੇ ਵੀ ਉਹ ਆਪਣਾ ਜਿਹੜਾ ਹੈਗਾ ਜੋ ਪਹਿਲੀ ਜਿਹੜੀ ਮਤਲਬ ਵਰਜਨ ਆਇਆ ਕਿ ਉਹ ਚੋਣ ਪ੍ਰਚਾਰ ਕਰਕੇ ਆਪਦੇ ਘਰ ਨੂੰ ਆ ਗਿਆ। ਜਾ ਰਿਹਾ ਸੀ। ਹੂੰ। ਉਦੋਂ ਕਹਿੰਦੇ ਵੀ ਉਹਨੂੰ ਗੋਲੀਆਂ ਮਾਰਤੀਆਂ ਤੇ ਰਾਹ ਦੇ ਵਿੱਚ ਉਹਨੂੰ ਪੁੱਛਿਆ ਕਿ ਤੇਰਾ ਜਿਹੜਾ ਹੈਗਾ ਆਈਡੀ ਕੀ ਹੈ? ਹਾਂ। ਜਿਹੜੀ ਆਪ ਫੇਸਬੁੱਕ ਦੀ ਆਈਡੀ ਕੀ ਹੈ ਕਿ ਉਹਨੇ ਦੱਸਿਆ ਤੇ ਉਹਨੂੰ ਗੋਲੀਆਂ ਮਾਰਤੀਆਂ। ਮੇਰੇ ਖਿਆਲ ਮੁਤਾਬਕ ਕੱਲੀ ਪ੍ਰਚਾਰ ਦੇ ਮਾਮਲੇ 'ਚ ਜੇ ਮਾਰਨੋਂ ਦਾ ਤਾਂ ਅਗਲਾ ਸਰਪੰਚ ਨੂੰ ਮਾਰਦੇ, ਕੈਂਡੀਡੇਟ ਨੂੰ ਮਾਰਦੇ ਜਿਹੜਾ ਕੈਂਡੀਡੇਟ ਨੂੰ। ਹੂੰ ਹੂੰ। ਜਿਹੜਾ ਨਾਲ ਸਪੋਇਲਰ ਹੈ ਉਹਦਾ ਕੋਈ ਗੱਲ ਸਮਝ ਨਹੀਂ ਆਉਂਦੀ। ਉਹਨਾਂ ਦੇ ਗੁਰਪ੍ਰੀਤ ਦੀ ਆਪਾਂ ਗੱਲ ਕਰੀਏ ਤੇ ਗੁਰਪ੍ਰੀਤ ਕਹਿੰਦੇ ਕਿ ਕਿਸੇ ਜਮਾਨੇ ਦੇ ਵਿੱਚ ਇਸ ਸਿੱਧੂ ਮੂਸੇਵਾਲੇ ਦੇ ਬੜਾ ਸਿੱਧੂ ਦੀਪ ਸਿੱਧੂ ਦੇ ਬੜਾ ਕਰੀਬ ਹੁੰਦਾ ਸੀ ਜੀ ਫਿਰ ਜਿਹੜਾ ਸੁਖਰਾਜ ਸਿੰਘ ਨਿਆਮੀ ਵਾਲਾ ਹੂੰ ਹੂੰ ਜਿਹਦੇ ਜਿਹਦੇ ਬਾਪ ਦੀ ਦਿੱਤੂ ਇਹ ਬਾਈਬਲ ਕਲਾਂ ਦੇ ਵਾਲੇ ਜਿਹੜੇ ਕਾਂਡ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਜੀ ਜਿਹੜਾ ਉਹ ਲੜਕਾ ਹੈ ਉਹਦੇ ਨਾਲ ਵੀ ਇਹ ਦੀ ਵਧਿਆ ਸੀ ਉਹਦੇ ਜਾ ਕੇ ਬਹਿੰਦਾ ਵੀ ਸੀਗਾ ਉਹਦੇ ਧਰਨੇ ਦੇ ਵਿੱਚ ਜੀ ਸਾਰਾ ਦਿਨ ਕੰਮ ਕਰਨਾ ਧਰਨੇ 'ਚ ਬੈਠਣਾ ਸੇਵਾ ਕਰਨੀ ਉਹਦਾ ਇਹ ਕੰਮ ਸੀਗਾ ਜੀ ਔਰ ਉਹ ਤੋਂ ਬਾਅਦ ਫਿਰ ਕਹਿੰਦੇ ਵੀ ਇਹ ਜਿਹੜੇ ਸਿੱਖ ਮਸਲੇ ਉਹਨਾਂ ਦੇ ਵਿੱਚ ਵੀ ਭਾਗ ਲੈਂਦਾ ਸੀ ਠੀਕ ਹੈ ਸਿੱਖਾਂ ਦੇ ਤਾਂ ਰੋਜ਼ ਮਾਮਲੇ ਚੱਲਦੇ ਰਹਿੰਦੇ ਪੰਥਕ ਮੁੱਦੇ ਚੱਲਦੇ ਰਹਿੰਦੇ ਉਹਨਾਂ 'ਚ ਵੀ ਭਾਗ ਲੈਂਦਾ ਸੀ ਇਹਦੇ ਤੇ ਉਹਨੇ ਇੱਕ ਵਰਜਨ ਇਹ ਚੱਲ ਰਿਹਾ ਕਿ ਸਰਪੰਚੀ ਕਰਕੇ ਲੇਕਿਨ ਦੂਜਾ ਵਰਜਨ ਆਈ ਹੈ ਆ ਰਿਹਾ ਹੈ ਜਿਹੜੇ ਬੰਦੇ ਦੇ ਨਾਲ ਤੇ ਉਹ ਕਹਿੰਦੇ ਜੀ ਇਹ ਭਰਾ ਮਾਰ ਜਾਂਗੇ ਦਾ ਸ਼ਕਾਰ ਹੋਏ ਅੱਛਾ ਜੀ ਕਿ ਵਿੱਚ ਅੰਦਰਲੀ ਗੱਲ ਹੈ ਜਿਹੜੀ 2024 ਦੀ ਇਲੈਕਸ਼ਨ ਹੋਈ ਹੈ ਪਾਰਲੀਮੈਂਟ ਦੀ ਜੀ ਉਦੋਂ ਇਹ ਆਪਣੇ ਸਰਬਜੀਤ ਨੰਨੇੜੇ ਨਾਲ ਸੀ ਸਰਬਜੀਤ ਸਿੰਘ ਦੀ ਬਣੀ ਮਦਦ ਕੀਤੀ ਆ ਫਿਰ ਕਹਿੰਦੇ ਸਰਬਜੀਤ ਸਿੰਘ ਨੂੰ ਵੀ ਇਹਨੇ ਕੋਈ ਸਵਾਲ ਕਰਨੇ ਸ਼ੁਰੂ ਕਰਤੇ ਜੀ ਅਮਰਤਪਾਲ ਸਿੰਘ ਉਹਨਾਂ ਨੂੰ ਕਹਿੰਦੇ ਕੁਝ ਉਹਨਾਂ ਦੀ ਜਿਹੜੀ ਹੈਗੀ ਹੈ ਵਰਕਿੰਗ ਨੂੰ ਲੈ ਕੇ ਉੱਥੇ ਵੀ ਸਵਾਲ ਸ਼ੁਰੂ ਕਰਤੇ ਜੀ ਅਮਰਤਪਾਲ ਸਿੰਘ ਦਾ ਹੁਣ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਹੂੰ ਇੱਥੇ ਮੈਂ ਇੱਕ ਆ ਹੁਣੇ ਸੋਸ਼ਲ ਮੀਡੀਆ ਦੇ ਇੱਕ ਬੰਦਾ ਬੋਲ ਰਿਹਾ ਸੀ ਜੀ ਵੀਡੀਓ ਦੇਖ ਰਿਹਾ ਸੀ ਉਹ ਅਮਰਤਪਾਲ ਤੇ ਦੱਬਿਆਂ ਦਾ ਸੀ ਕੰਮ ਜੀ ਕਿ ਅਮਰਤਪਾਲ ਸਿੰਘ ਐਂਡ ਕੰਪਨੀ ਉਹਦੇ ਬੰਦਿਆਂ ਨੇ ਇਹਨੂੰ ਕਤਲ ਕੀਤਾ ਉਨ ਮੇਰੇ ਖਿਆਲ ਆ ਵੀ ਜਿਹੜਾ ਬੰਦਾ ਆਪ ਉੱਥੇ ਜੇਲ੍ਹ ਦੇ ਵਿੱਚ ਬੈਠਾ ਆ ਉਹਦੇ ਬੰਦਿਆਂ ਨੇ ਕੀਨੇ ਕਤਲ ਕਰਤਾ ਕੀ ਕਰੇ ਗੱਲਾਂ ਕੋਈ ਸਮਝ ਨਹੀਂ ਆ ਰਹੀਆਂ ਜੀ ਪਰ ਆਮ ਤੌਰ ਦੇ ਉਤੇ ਇਹ ਜਿਹੇ ਹੀ ਸਥਿਤੀ ਜਿਹੜੇ ਇਹ ਲੋਕ ਹੈ ਮੇਰੇ ਖਿਆਲ ਮੁਤਾਬਕ ਜਿਆਦਾ ਇਹਦੇ ਵਿੱਚ ਭਰਾ ਮਾਰ ਜੰਗ ਵਾਲੀ ਗੱਲ ਹੀ ਹੁੰਦੀ ਹੈ ਹਮ ਆਪਾਂ ਖੜਕੂਬਾ ਦੇ ਦੌਰ ਦੇ ਵਿੱਚ ਦੇਖਿਆ ਜੀ ਖੜਕੂਬਾ ਦੇ ਦੌਰ ਦੇ ਵਿੱਚ ਮੇਰੇ ਖਿਆਲ ਆ ਵੀ ਉਹਨਾਂ ਨੁਕਸਾਨ ਜਿਹੜੀਆਂ ਵਿਰੋਧੀ ਫੋਰਸਾਂ ਉਹਨਾਂ ਨੇ ਨਹੀਂ ਕੀਤਾ ਜਿਹੜਾ ਆਪਸ ਵਿੱਚ ਹੋ ਜਿਹੜਾ ਆਪਸੀ ਆਪਸੀ ਵਿਰੋਧ ਹੋ ਗਿਆ ਇਹਦੇ ਵਿੱਚ ਬਚਣਾ ਚਾਹੀਦਾ ਹੈ ਹਮ ਸੋ ਹੁਣ ਮੈਨੂੰ ਨਹੀਂ ਪਤਾ ਵੀ ਇਹਦੀ ਹਕੀਕਤ ਕੀ ਹੈ ਲੇਕਿਨ ਜਿਸ ਕਿਸਮ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਧਿਆਨਤਾ ਮੰਗਦਾ ਹੈ ਬਹੁਤ ਜ਼ਿਆਦਾ ਔਰ ਇਹ ਧਿਆਨ ਜਿਹੜੇ ਪੰਥ ਕਾਗੂਆ ਉਹਨਾਂ ਦਾ ਵੀ ਮੰਗਦਾ ਹੈ ਹੂੰ ਤੇ ਜਿਹੜੀਆਂ ਧਿਰਾਂ ਇਸ ਵੇਲੇ ਸੰਘਰਸ਼ ਕਰ ਰਹੀਆਂ ਆਪੋ ਆਪਣੇ ਮਕਸਦ ਨੂੰ ਲੈ ਕੇ ਪੰਥਕ ਧਿਰਾਂ ਜੁੜ ਗਈਆਂ ਉਹਨਾਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਜੀ ਜੇ ਇਹ ਮਾਮਲਾ ਚੱਲ ਪਿਆ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾ ਰਿਹਾ ਹੂੰ ਹੂੰ ਭਰਾਵਾਂ ਮਾਰੂ ਯੰਗ ਬੜੀ ਹੈ ਕਿਉਂਕਿ ਮਾਮਲਾ ਬੜਾ ਨਾਜ਼ੁਕ ਹੈ ਨਾਜ਼ੁਕ ਆ ਬਿਲਕੁਲ ਇਸ ਕਰਕੇ ਹਾਂ ਵੀ ਚੱਲ ਕਿੱਧਰ ਨੂੰ ਰਿਹਾ ਪੰਜਾਬ ਨੂੰ ਕਿੱਧਰ ਤੱਕਿਆ ਉਦਾਂ ਇਹ ਹੈ ਨਾ ਜਿਹੜੀ ਪੰਜਾਬ ਹਰ 15 18 ਸਾਲਾਂ ਬਾਅਦ ਪੰਜਾਬ ਦੇ ਵਿੱਚ ਕੋਈ ਨਾ ਕੁਝ ਹੁੰਦਾ ਹੈ ਜੀ ਔਰ ਜ਼ਿਆਦਾਤਰ ਜੇ ਆਪਾਂ ਦੇਖੀਏ ਸਾਡਾ ਬੇਲੋੜਾ ਹੁੰਦਾ ਹੈ ਹਾਂ ਐਵੇਂ ਬਿਨਾਂ ਜਿਹੜੇ ਜਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਲੜਾਈ ਲੜਨੀ ਹੁੰਦੀ ਉਹ ਲੜਾਈ ਸ਼ੁਰੂ ਕਿੱਥੇ ਕਰਦੇ ਜਾ ਕੇ ਖਤਮ ਕਿੱਥੇ ਹੁੰਦੀ ਆ ਕਿਸਾਨੀ ਅੰਦੋਲਨ ਕਿੱਥੋਂ ਸ਼ੁਰੂ ਹੈ ਤੇ ਖਤਮ ਕਿੱਥੇ ਤੇ ਜਾਉਂਦਾ ਕਿੱਥੇ ਕਿੱਥੇ ਸ਼ੁਰੂ ਹੋ ਗਿਆ ਹਾਂ ਕੋਈ ਨਾ ਹੋਰ ਦੀ ਹੋਰੀ ਸ਼ੇਪ ਲੈ ਕੇ ਹਾਂਜੀ ਐਵੇਂ ਜਿਵੇਂ ਜਿਹੜੀ ਹੈਗੀ ਹੈ ਜੇ ਆਪਾਂ ਬੱਧ ਅਧਿਕਾਰਾਂ ਦੀ ਗੱਲ ਕਰਦੇ ਆ ਪੰਜਾਬ ਵਾਸੀ ਵੱਖਰੇ ਦੇਸ਼ ਦੀ ਮੰਗ ਕਰਦੇ ਕਰ ਸਕਦੇ ਕਰ ਸਕਦੇ ਹਨ ਕਨਸਟੀਟਿਊ ਜਿਆਦਾਤਰ ਜੀ ਹੁਣ ਆਪਾਂ ਗੈਂਗਸਟਰਾਂ ਵਾਲੀ ਗੱਲ ਵੀ ਕਹਿ ਦੀਏ ਖੜਕੂਬਾ ਦਾ ਦੌਰ ਦੀ ਆਪਾਂ ਗੱਲ ਕਰ ਚੁੱਕੇ ਆਂ ਗੈਂਗਸਟਰਾਂ ਦੇ ਮਾਮਲੇ ਚ ਵੀ ਬਹੁਤੀ ਭਰਾ ਮਰ ਜਾਣਗੇ ਹਾਂ ਬਿਲਕੁਕ ਪਹਿਲਾ ਇੱਕੋ ਗਰੁੱਪ ਦੇ ਵਿੱਚ ਇਕੱਠੇ ਹੋਣ ਦੇ ਦੌਰ ਵਾਲੀ ਫਿਰ ਮੋਚ ਦਾ ਸਵਾਲ ਬਣ ਜਾਂਦਾ ਫਿਰ ਮੋਚ ਦਾ ਸਵਾਲ ਬਣ ਜਾਂਦਾ ਸੇਮ ਪੋਜੀਸ਼ਨ ਜਿਹੜੀ ਹੈ ਮਾਮਲਾ ਇਹ ਮਾਮਲਾ ਕਿਉਂਕਿ ਇਹਦੇ ਤੇ ਆਪਾਂ ਨੂੰ ਜਿਆਦਾ ਟਿੱਪਣੀ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਸਾਡੀ ਪੂਰੀ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਅਸੀਂ ਇਹ ਜੇ ਮਾਮਲੇ ਚ ਦਖਲਦਾਨੀ ਕਰਦੇ ਆ ਨਾ ਪਰ ਗੱਲ ਮਾੜੀ ਆ ਕੰਡੈਮ ਕਰਦੇ ਆ ਬਿਲਕੁਲ ਅਸੀਂ ਕੰਡੈਮ ਕਰਦੇ ਆ ਕਿ ਨਹੀਂ ਹੋਣੀ ਚਾਹੀਦੀ ਔਰ ਅਸੀਂ ਬੀ ਸੋਸ਼ਲ ਮੀਡੀਆ ਤੇ ਮੈਂ ਇੱਕ ਚੀਜ਼ ਦੇਖੀ ਜੀ ਬਿਨਾ ਗੱਲ ਤੋਂ ਲਲਕਾਰੇ ਮਰੀ ਜਾਣੇ ਮੈਂ ਅਸੀਂ ਟਕਰਾਂਗੇ ਜਦੋਂ ਤੂੰ ਮਿਲ ਗਿਆ ਇਹਨੂੰ ਦੇਖਾਂਗੇ ਉਹਨੂੰ ਦੇਖਾਂਗੇ ਇਹ ਹੁਣ ਪਤਾ ਨਹੀਂ ਕਿਨੇ ਕੀ ਕੀਤਾ ਤੇ ਟਕਰਾਂਗੇ ਆਪਾਂ ਕਿਨੂੰ ਹਾਂ ਇਹ ਇਹ ਮਤਲਬ ਲਲਕਾਰਿਆਂ ਵਾਲੀ ਸੋਸ਼ਲ ਮੀਡੀਆ ਵਾਲੀ ਗੱਲ ਵੀ ਦਾਨੀ ਵਾਲੀ ਆ ਸਭ ਇਹਦੇ ਚ ਨਾ ਆਪਾਂ ਸੋਸ਼ਲ ਮੀਡੀਆ ਦੇ ਹੱਕ ਵਿੱਚ ਆ ਕਿ ਹਰ ਬੰਦੇ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਹੋਣਾ ਚਾਹੀਦਾ ਜੀ ਜੀ ਅਸੀਂ ਇਸ ਗੱਲ ਨਾਲ ਵੀ ਮੁਤਫਿਕ ਹਾਂ ਕਿ ਲੋਕਾਂ ਚ ਜਿਹੜੀ ਚੇਤਨਤਾ ਆਈ ਹੈ ਉਹ ਸੋਸ਼ਲ ਮੀਡੀਆ ਦੀ ਬਦੌਲਤ ਆਈ ਜੀ ਅਸੀਂ ਇਹ ਗੱਲ ਨਾਲ ਵੀ ਸਹਿਮਤ ਹਾਂ ਕਿ ਜਿਹੜੇ ਲੀਡਰ ਗੱਪ ਮਾਰਦੇ ਆ ਹਾਂਜੀ ਆਪ ਗੁਨਾਹ ਕਰਕੇ ਉਹਨਾਂ ਨੂੰ ਨੰਗਾ ਕਰਨ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਪਰ ਗਾਲਾਂ ਕੱਢਣੀਆਂ ਠਾਪੀਆਂ ਮਾਰੀ ਜਾਣੀਆਂ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਸੀ ਉਹ ਮੇਰਾ ਖਿਆਲ ਵਿਚਾਰੇ ਨੇ ਕਦੇ ਕੀਤਾ ਕੁਛ ਨਹੀਂ ਨਾ ਉਹ ਇਸੇ ਗੱਲ ਦੀ ਜਿਹੜਾ ਡਿਬਰੂਗੜ ਬੈਠੇ ਉਹਦੇ ਚ ਨੁਕਸਾਨ ਹੋਇਆ ਸਾਨੂੰ ਉਹਦੇ ਪਰਿਵਾਰ ਨਾਲ ਹਮਦਰਦੀ ਵਾਲੇ ਬੱਚਾ ਨਾਲ ਹਮਦਰਦੀ ਵਿਚਾਰੇ ਨੂੰ ਕਿੱਥੇ ਡਿਬਰੂਗੜ ਜਾਣਾ ਪੈਦਾ ਚੌੜ-ਚੌੜ ਚੀ ਹੋ ਗਿਆ ਨਾ ਸਾਰਾ ਹਾਂ ਬਿਲਕੁਲ ਬਿਲਕੁਲ ਸੇਮ ਪੋਜੀਸ਼ਨ ਜਿਹੜੀ ਹੈਗੀ ਹੈ ਨਾ ਜਿਹੜੇ ਲਕਾਰੇ ਮਾਰਨ ਵਾਲਾ ਮਾਮਲਾ ਇਹ ਮਾਮਲਾ ਵੀ ਭਰਾ ਮਾਰੂ ਜੰਗ ਦੇ ਵਿੱਚ ਤੇ ਜਿਹੜਾ ਉਹ ਚ ਕਿਉਂ ਪਦਾ ਅੱਗੇ ਕਿਉਂ ਦਾ ਕੰਮ ਕਰਦਾ ਪੈਟਰੋਲ ਦਾ ਹੀ ਕਰਦਾ ਜੀ ਬਿਲਕੁਲ ਇਹ ਤੋਂ ਬਚਣਾ ਚਾਹੀਦਾ ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਪ੍ਰੋਮੋਟ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਆਪਣੇ ਬਿਜ਼ਨਸ ਦੀ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਜੀ 97801 41741 97801410 डी15 चलांदे जब कार मैक्स फोर्स कमिंस आईएसएक्स वॉल्वो मर्सिडीज स्प्रिंटर जेही मोटर होवे तेल और ओरिजिनल फिल्टर ता चेंज करौना ही आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे हो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश हो के परतोगे <laughs> Law, Panso Unicheso by Sefer Cheso Sat. Five one nine six two two zero six six zero. QTL, because we care. We ਹਾਂਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਤੋਂ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ਼ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮੱਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਹਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਊ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ, ਚੂੜੀਆਂ, ਨਗਾਵਲੀਆਂ, ਸੋਣੀਆਂ, ਸੋਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਇਸੀ ਜੁਐਲਰ ਸ਼ੈਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104 ਐਵੇਨਿਊ ਸਾਊਥ-ਈਸਟ ਕੈਂਟ। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਐਰਲਿੰਗਟਨ ਫਿਊਲ ਸਟਾਪ ਐਰਲਿੰਗਟਨ ਫਿਊਲ ਸਟਾਪ 1801 ਬਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 3606526066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 14814 ਅਲੋਮ ਸਟਰੀਟ ਲਾਸਟ ਹਿੱਲਸ

ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਪਰਵਾਨ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਦਾ ਘਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉ ਜਾਣਾ ਰੀਫਰੈਸ਼ ਟਰੈਵਲ ਪਲਾਜ਼ਾ ਟੀ ਏ ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787 ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟਾਫਟ ਹਾਈਵੇ ਬੀਤੇ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਫਿਰ ਤੋਂ ਸਵਾਗਤ ਢਿੱਲੋ ਸਾਹਿਬ ਆਪਾਂ ਲਿਸਨਰਸ ਤੋਂ ਮਾਫੀ ਮੰਗ ਲੀਏ ਭਾਰਤ ਦੀ ਇੱਕ ਮਸ਼ਹੂਰ ਤੇ ਹਰਮਨ ਪਿਆਰੀ ਸ਼ਖਸੀਅਤ ਕਹਾਂਗੇ ਆਮ ਤੌਰ ਦੇ ਉੱਤੇ ਵੱਡੇ ਬਿਜ਼ਨਸਮੈਨਾਂ ਦਾ ਪੂੰਜੀਪਤੀਆਂ ਦਾ ਬਹੁਤ ਘੱਟ ਰਿਗਾਰਡ ਹੁੰਦਾ ਪਰ ਜਿਸ ਢੰਗ ਦੇ ਨਾਲ ਰਤਨ ਟਾਟਾ ਨੂੰ ਅੱਜ ਸ਼ਰਧਾਂਜਲੀਆਂ ਮਿਲ ਰਹੀਆਂ ਨੇ 86 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕੱਲ ਦੇਰ ਰਾਤ ਉਹਨਾਂ ਨੇ ਆਪਣਾ ਆਖਰੀ ਸਾਹ ਲਿਆ ਐਸੀ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਦੇ ਆ ਇੱਕ ਅਲੱਗ ਜਿਹੀ ਜਿਵੇਂ ਆਪਾਂ ਕਹੀਏ ਕੀ ਇਸ ਸ਼ਖਸੀਅਤ ਸੀ ਦਨੈਲਿਆ ਸਾਹਿਬ ਜਦੋਂ ਆਪਾਂ ਟਾਟਾ ਇਹ ਜਮਸ਼ੇਦ ਜੀ ਟਾਟਾ ਉਹਨਾਂ ਦੇ ਮੇਰੇ ਖੜ ਪੜਪੁੱਤੇ ਸੀ ਜੀ ਟਾਟਾ ਫੈਮਿਲੀ ਦਾ ਬਹੁਤ ਵੱਡਾ ਯੋਗਦਾਨ ਹੈ ਇੰਡੀਆ ਦੀ ਡਿਵੈਲਪਮੈਂਟ ਦੇ ਵਿੱਚ ਜੀ ਔਰ 에어 ਇੰਡੀਆ ਜਿਹੜੀ ਹੂੰ 에어 ਇੰਡੀਆ ਦੇ ਜਿਹੜੇ ਸੰਸਥਾਪਕਾ ਉਹ ਵੀ ਟਾਟਾ ਗਰੂਪ ਹੀ ਸੀ ਜੀ ਬਾਅਦ ਦੇ ਵਿੱਚ ਭਾਰਤ ਸਰਕਾਰ ਨੇ ਨੂੰ ਜਿਹੜਾ ਹੈ ਟੇਕਓਵਰ ਕਰ ਲਿਆ ਸੀ ਜੀ ਔਰ ਇਹਨੂੰ ਚੁਲਾਇਆ ਬਹੁਤ ਲੰਮਾ ਸਮਾਂ ਚੁਲਾਇਆ ਲੇਕਿਨ ਜਦੋਂ ਇਹਨ ਘਾਟੇ ਵਾਲੇ ਪਾਸੇ ਜਾਣ ਲੱਗੇ ਤੇ ਵਿਕਰੀ ਦਾ ਸਵਾਲ ਆਇਆ ਤੇ ਉਹਨਾਂ ਨੇ ਫਿਰ ਇਹ ਜੀ ਆਪਦੇ ਵਿਰਸੇ ਨੂੰ ਸੰਭਾਲਿਆ ਤੇ ਉਹਨੂੰ ਆਪਣੇ ਹੂੰ ਹੂੰ ਕੰਟਰੋਲ ਚ ਲੈ ਲਿਆ ਸਰਕਾਰ ਤੋਂ ਲੈ ਕੇ ਉਹ ਚਲਾਉਣ ਲੱਗ ਪਏ। ਹੂੰ ਵੈਸੇ ਜੇ ਟਾਟਾ ਹੋਰਾਂ ਦੀ ਆਪਾਂ ਗੱਲ ਕਰੀਏ ਤੇ ਇਹਨਾਂ ਨੇ ਜਿਹੜੇ ਜਿਹੜੇ ਪ੍ਰੋਜੈਕਟ ਤਾਂ ਇਹਨਾਂ ਨੇ ਬਹੁਤ ਲਾਇਆ ਲੇਕਿਨ ਇੱਕ ਪ੍ਰੋਜੈਕਟ ਇਹਨਾਂ ਨੇ ਜੀ ਨੈਨੋ ਵਾਲਾ ਲਾਇਆ ਸੀ। ਹੂੰ ਹੂੰ ਤੇ ਉਦੋਂ ਇਹਨਾਂ ਦੀ ਮਤਲਬ ਜਿਹੜੀ ਇਹ ਮਨਛਾਏ ਸੀ ਰਤਨ ਟਾਟਾ ਜੀ ਕਹਿੰਦੇ ਹੁੰਦੇ ਸੀ ਕਿ ਮੇਰੀ ਇਹ ਮਨਛਾਏ ਕੀ ਕ ਸਕੂਟਰ ਤੇ ਚਾਰ ਜਾਨੇ ਬੈਠੇ ਜਾਂਦੇ ਯਾਰ ਤੇ ਚਾਰ ਜਾਨੇ ਕਿਉਂ ਬੈਠਣ ਹਮ ਹਮ 1 ਲੱਖ ਰੁਪਏ ਦੇ ਵਿੱਚ ਇਹਨੂੰ ਲੱਕ ਟਕੀਆ ਕਾਰ ਕਿਹਾ ਸੀ ਉਹਨਾਂ ਨੂੰ ਕਾਰ ਕਿਉਂ ਨਾ ਬਣਾ ਕੇ ਦਿੱਤੀ ਹ ਇਹਨਾਂ ਨੇ ਕਹਿੰਦੇ ਜੀ ਸੁਪਨਾ ਸੰਜੋਇਆ ਤੇ ਕਾਰ ਬਣਾਉਣ ਵਾਲੇ ਪਾਸੇ ਚੱਲਿਆ ਤੇ ਫਿਰ ਸ਼ਾਇਦ ਥੋੜੀ ਟੈਕਨੀਕਲ ਮਦਦ ਦੀ ਲੋੜ ਪੈਗੀ ਜੀ ਤੇ ਕਿਸੇ ਵਿਦੇਸ਼ੀ ਏਜੰਸੀ ਨਾਲ ਗੱਲ ਕੀਤੀ ਵੀ ਐ ਕਰਕੇ ਯਾਰ ਤੁਸੀਂ ਮੇਰੀ ਮਦਦ ਕਰੋ ਆਪਾਂ ਕੋਲਾਬੋਰੇਸ਼ਨ ਕਰ ਲਈਏ ਜਾਂ ਕੁਝ ਵੀ ਹੈ ਜੀ ਕਹਿੰਦੇ ਵੀ ਉਹ ਵਿਦੇਸ਼ੀ ਕੰਪਨੀ ਦੇ ਜਿਹੜੇ ਮਾਲਕ ਸੀ ਉਹ ਕਹਿੰਦੇ ਵੀ ਟਾਟਾ ਜੀ ਜਿੱਦੋਂ ਤੁਹਾਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ ਪੰਗਾ ਕਿਉਂ ਲਿਆ ਜੀ ਤੇ ਬੰਦਾ ਕਹਿੰਦੇ ਜੀ ਇੰਨਾ ਮਤਲਬ اصولਪਰਾ ਸੀ ਇਹ ਕਹਿੰਦਾ ਵੀ ਆਪਣਾ ਮਾਮਲਾ ਟੁੱਟ ਗਿਆ ਮੈਂ ਕੁਝ ਨਹੀਂ ਤੁਹਾਨੂੰ ਲੈਣਾ ਦੇਣਾ ਚਲਾ ਗਿਆ ਜੀ ਬਾਬਸ ਹੋ ਗਿਆ ਫਿਰ ਆ ਗਿਆ ਕੋਵਿਡ 19 ਦਾ ਟਾਈਮ ਹਾਂਜੀ ਉਹਦੇ ਵੇਲੇ ਬਹੁਤ ਸਾਰੇ ਲੋਕਾਂ ਨੂੰ ਘਾਟਾ ਪੈ ਗਿਆ ਜੀ ਘਾਟਾ ਉਸ ਕੰਪਨੀ ਨੂੰ ਵੀ ਪੈ ਗਿਆ ਜੀ ਤੇ ਫਿਰ ਉਸ ਕੰਪਨੀ ਦੇ ਹਿੱਸੇ ਇਹਨਾਂ ਨੇ ਖਰੀਦੇ ਹੂੰ ਹੂੰ ਤੇ ਇਸ ਵੇਲੇ ਜਿ ਆਪਾਂ ਜਿੱਥੇ ਛੱਡ ਕੇ ਗਏ ਐ ਤੇ ਬਹੁਤ ਵੱਡਾ ਸਾਮਰਾਜ ਹੈ ਲੇਕਿਨ ਆਮ ਤੌਰ ਤੇ ਇੱਕ ਜਿਹੜੀ ਸਾਡੇ ਜ਼ਮਾਨੇ ਦੇ ਵਿੱਚ ਜਿਹੜੀ ਹੁੰਦੀ ਸੀ ਇੱਕ ਸਰਮਾਇਅਦਾਰੀ ਹੁੰਦੀ ਸੀ ਹਾਂਜੀ ਹਾਂਜੀ ਸਰਮਾਇਅਦਾਰੀ ਤੋਂ ਬਾਅਦ ਫਿਰ ਕਾਹਜਾਰੇ-ਜਾਰੇ ਸਰਮਾਇਅਦਾਰ ਹੋ ਜਾਂਦੇ ਤੇ ਅੱਜ ਕੱਲ ਕਾਰਪੋਰੇਟ ਸਰਮਾਇਅਦਾਰੀ ਦਾ ਕਾਰਪੋਰੇਟ ਰੂਪ ਆ ਗਿਆ ਬਿਲਕੁਲ ਬਿਲਕੁਲ ਇਹ ਰੂਪ ਉਹ ਜਿਹੜਾ ਜਿਹੜਾ ਸੀ ਜੇ ਜਿਹੜੀ ਆਮ ਸਰਮਾਇਅਦਾਰੀ ਸੀ ਇਹ ਸਰਮਾਇਅਦਾਰੀ ਨੂੰ ਸਮਝਦੇ ਨੇ ਦੇਸ਼ ਭਗਤ ਸਰਮਾਇਅਦਾਰੀ ਜੀ ਪੈਸਾ ਵੀ ਕਮਾਉਂਦੇ ਆ ਆਪਣੇ ਲਈ ਵੀ ਕਮਾਉਂਦੇ ਆ ਤੇ ਦੇਸ਼ ਵਾਸਤੇ ਵੀ ਲਾਉਂਦੇ ਹੁਣ ਜੇ ਆਪਾਂ ਕਰੀਏ ਜਿਹੜੀ ਸਾਡੀ ਮਿਕਸਡ ਇਕਨੋਮੀ ਸੀ ਜੀ ਸੋਸ਼ਲਿਸਟ ਇਕਨੋਮੀ ਵੀ ਸੀ ਪ੍ਰਾਈਵੇਟ ਸੈਕਟਰ ਵੀ ਸੀ ਔਰ ਨਾਲ ਹੀ ਤੁਹਾਡਾ ਕੰਪੀਟੀਸ਼ਨ ਸੀ ਸਟੇਟ ਸੈਕਟਰ ਦੇ ਮੁਕਾਬਲੇ ਦੇ ਉੱਤੇ ਜਿਹੜਾ ਇਹਨਾਂ ਨੇ ਖੜਾ ਕੀਤਾ ਸੀ ਉਹ ਟਾਟਾ ਹੋਵੇ ਬਿਰਲਾ ਹੋਵੇ ਤੇ ਇਹਨਾਂ ਨੇ ਬਹੁਤ ਵੱਡਾ ਮਤਲਬ ਦਾ ਸਿਸਟਮ ਖੜਾ ਕੀਤਾ ਸੀ ਤੇ ਮੁਲਕ ਦੇ ਜਿਹੜਾ ਹੈਗਾ ਵਿਕਾਸ ਦੇ ਵਿੱਚ ਯੋਗਦਾਨ ਪਾਇਆ ਜੀ ਔਰ ਜਦੋਂ ਆਪਾਂ ਪਰਿਵਾਰਕ ਲਾਈਫ ਤੇ ਗੱਲ ਕਰਦੇ ਹਾਂ ਮੈਂ ਦੇਖ ਰਿਹਾ ਸੀ ਅੱਜ ਉਹਨਾਂ ਦੀ ਇੱਕ ਲਿਖਤ ਹਮ ਉਹਨਾਂ ਨੇ ਵੈਰਨ ਸੀ ਕਰਵਾਈ ਹਾਂਜੀ ਉਹ ਮਤਲਬ ਆਪਾਂ ਕਹਾਂਗੇ ਬੈਚਲਰੀ ਗਏ ਇਸ ਨੂੰ ਤੋਂ ਕਹ ਰਹੇ ਦਾ ਉਹਨਾਂ ਨੂੰ ਕਿਸੇ ਦਾ ਫੇਲਿਅਰ ਹੋ ਗਿਆ ਸੀ ਉਹਨਾਂ ਨੂੰ ਪੁੱਛਿਆ ਕਿਸੇ ਨੇ ਕਹਿੰਦਾ ਚਾਰ ਵਾਰੀ ਮੇਰੇ ਜਿਹੜੇ ਨਾ ਮੈਂ ਚਾਰ ਵਾਰੀ ਟਰਾਈ ਕੀਤੀ ਚਾਰ ਪਿਆਰ ਹੋਏ ਜੀ ਪਰ ਸਫਲਤਾ ਕਿਸੇ ਜਿਹੀ ਨਹੀਂ ਮਿਲੀ ਕਹਿੰਦੇ ਬਸ ਠੀਕ ਹੈ ਇਹ ਜੈਨ ਨੂੰ ਫਕਰ ਬੰਦੇ ਆਪਾਂ ਕਵਾਂਗੇ ਤੁਸੀਂ ਦੇਖੋ ਅੱਜ ਉਹਨਾਂ ਨੂੰ ਭਾਰਤ ਦੇ ਟੌਪ ਦੇ ਐਵਾਰਡ ਵੀ ਮਿਲੇ ਹੋਏ ਹਨ ਰਾਸ਼ਟਰਪਤੀ ਤੋਂ ਲੈ ਕੇ ਨਿਚਲੇ ਪੱਧਰ ਤੱਕ ਲੋਕਾਂ ਨੇ ਮਤਲ ਜਿਹੜੀ ਹੈਗੀ ਹੈ ਉਹਨਾਂ ਨੂੰ ਸ਼ਰਧਾंजलि ਵੀ ਭੇਟ ਕੀਤੀ ਅਸੀਂ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ ਮੇਰਾ ਖਿਆਲ ਹੈ ਵੀ ਭਾਰਤ ਦੀ ਕੋਈ ਅੱਖ ਜਜੇਹੀ ਨਹੀਂ ਹੋਈ ਜਿਹੜੀ ਨਾਮ ਨਾ ਹੋਈ ਉਹ ਤੇਲੋਸਾਪਾ ਨੇ ਇੱਕ ਬਹੁਤ ਵਧੀਆ ਕੋਟੇਸ਼ਨ ਮੈਂ ਪਹਿਲਾਂ ਪੰਜਾਬੀ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਉਹ ਕਹਿੰਦੇ ਮੇਰਾ ਸਭ ਤੋਂ ਵੱਡਾ ਜਿਹੜਾ ਜ਼ਿੰਦਗੀ ਦਾ ਇੱਕ ਟੀਚਾ ਸੀਗਾ ਉਹ ਕਹਿੰਦੇ ਟੀਚਾ ਸੀਗਾ ਕਿ ਜਿਹੜੇ ਭਾਰਤ ਦੇ ਬੱਚੇ ਐ ਤੇ ਜਿਹੜੀਆਂ ਗਰਭવતી ਔਰਤਾਂ ਉਹਨਾਂ ਨੂੰ ਪੌਸਟਿਕ ਖਾਣਾ ਦੇਣਾ ਕਰਾਕ ਟਿੱਕ ਕਹਿੰਦੇ ਕਾਰਨ ਹੀ ਹੈ ਕਿ ਇਹ ਜਿਹੜਾ ਪੋਸਟਿਵ ਖਾਣਾ ਹੈ ਬੱਚਿਆਂ ਦੀ ਫਿਜ਼ੀਕਲ ਤੇ ਦਿਮਾਗੀ ਜਿਹੜੀ ਹਾਲਾਤਾਂ ਉਹਨੂੰ ਬਦਲੂਗਾ ਤੇ ਜਿਹੜੇ ਆਉਂਦੇ ਕਈ ਸਾਲਾਂ ਦੇ ਵਿੱਚ ਦੇਸ਼ ਦੀ ਤਰੱਕੀ ਦੇ ਲਈ ਕੰਮ ਕਰਨਾ ਯੋਗਦਾਨ ਬਿਲਕੁਲ ਬਿਲਕੁਲ ਇਹ ਜਿਹੜੀ ਆਹੀ ਚੀਜ਼ ਹੈ ਨਾ ਜਿਹੜੀ ਲੰਬੀ ਸੋਚ ਲੰਬੀ ਸੋਚ ਲੰਬੀ ਸੋਚ ਫੋਰ ਮੈਨੀ ইয়ার্স ਮਾਈ ਮੋਸਟ ਵਿਜ਼ੂਅਲ ਗੋਲ ਇਜ਼ ਟੂ ਡੂ ਸਮਥਿੰਗ ਇਨ ਨਿਊਟ੍ਰੀਸ਼ਨ ਟੂ ਦਾ ਚਿਲड्रन ਇਨ ਇੰਡੀਆ ਐਂਡ ਪ੍ਰੈਗਨੈਂਟ ਮਦਰਸ because that would change the mental and physical health of our population in years to come ਕਿ ਦੀ ਇਅਰਸ ਟੂ ਕਮ ਆਨ ਬਾਈ ਲੰਬੇ ਸਮੇਂ ਸਮੇਂ ਲੰਬੇ ਸਮੇਂ ਸਮੇਂ ਬਿਲਕੁਲ ਤੇ ਹੁਣ ਢਿੱਲੋ ਸਾਹਿਬ ਆਪਾਂ ਗੱਲ ਕਰੀਏ ਕਿ ਇਹ ਪੀ ਸਿਨਾ ਦਾ ਪੰਜਾਬ ਦਾ ਮੁੱਖ ਸਕੱਤਰ ਬਣਾਉਣਾ ਕੀ ਦਰਸਾ ਰਿਹਾ ਜੀ ਦਾਨੀਆਲੀ ਸਾਹਿਬ ਇਹ ਪੰਜਾਬ ਦੇ ਚੌਥੇ ਜਿਹੜੇ ਹੈਗੇ ਹੈ ਚੀਫ ਸੈਕਟਰੀ ਹੈ ਪੰਜਾਬ ਦੇ ਨਹੀਂ ਐ ਸਾਲ ਚ ਇਸ ਇਹ ਐਸਾ ਦੀ ਇਸ ਸਰਕਾਰ ਚ ਸਰਕਾਰ ਚਾ ਪੰਜਾਬ ਪੰਜਾਬ ਦੀ ਜਿਹਦੇ ਦੀ ਇਹ ਸਰਕਾਰ ਆਈ ਹੈ ਚੌਥੇ ਚੀਫ ਸੈਕਟਰੀ ਹੈ ਜੀ ਪਹਿਲੇ ਸੀ ਅਨੁਰਧ ਤਵਾੜੀ ਹਮ ਅਨੁਰਧ ਤਵਾੜੀ ਹੋਰੀ ਜਿਹੜੇ ਬੜੇ ਕੰਪੀਟੈਂਟ ਜਿਹੜੇ ਅਫੀਸਰ ਬਣਨੇ ਹੁੰਦੇ ਸੀ ਜੀ ਔਰ ਉਹ ਮੈਰਿਟ ਦੇ ਲਿਹਾਜ਼ ਨਾਲ ਸੀਨੀਅਰ ਮੋਸਟ ਹੋਣ ਦੇ ਨਾਤੇ ਆਏ ਸੀ ਜੀ ਲੇਕਿਨ ਜਦੋਂ ਉਹਨਾਂ ਤੋਂ ਫੈਸਲੇ ਵਗੈਰਾ ਮੰਗਿਆ ਜਾਣ ਲੱਗ ਪਿਆ ਫਲਾਣ ਬੰਦੇ ਨੂੰ ਦਿਖਾਓ ਤੇ ਫਲਾਣ ਨੂੰ ਦਿਖਾਓ ਉਹਨਾਂ ਨੇ ਕਿਹਾ ਨਹੀਂ ਨਹੀਂ ਮੈਂ ਸਿਰਫ ਤੇ ਸਿਰਫ ਚੀਫ ਮਿਨਿਸਟਰ ਨੂੰ ਜਵਾਬ ਦੇ ਆ ਮੈਂ ਹੋਰ ਕਿਸੇ ਨੂੰ ਹੋਰ ਕਿਸੇ ਨੂੰ ਮੈਂ ਕੋਈ ਫਾਈਲ ਨਹੀਂ ਦਿਖਾ ਸਕਦਾ ਚੀਫ ਮਿਨਿਸਟਰ ਨੂੰ ਦਿਖਾਉਂਗਾ ਚੀਫ ਮਿਨਿਸਟਰ ਦੀ ਨੂੰ ਮਰਜ਼ੀ ਹੈ ਦੱਸ ਦੇਵੇ ਕੁਛ ਅੰਦਰਲੀ ਗੱਲ ਉਹ ਨਹੀਂ ਤਾਂ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਸਕਦੇ ਹੋ ਜੀ ਤੇ ਉਹ ਚਲੇ ਗਏ ਤੇ ਉਹਨਾਂ ਨੂੰ ਮਹਾਤਮਾ ਗਾਂਧੀ ਜਿਹੜਾ ਪ੍ਰਸ਼ਾਸਨਿਕ ਹੈਗਾ سلسلہ ਜਾ ਉਹਦੇ ਚ ਲਾਤਾ ਜੀ ਉਸ ਤੋਂ ਬਾਅਦ ਫਿਰ ਬੜੇ ਇਮਾਨਦਾਰ ਬੰਦੇ ਲੈ ਆnde ਜੀ ਹਾਂਜੀ ਜਜੂਆ ਸਾਹਿਬ ਹਾਂਜੀ ਜਜੂਆ ਸਾਹਿਬ ਦੇ ਖਿਲਾਫ ਤੁਹਾਨੂੰ ਯਾਦ ਹੋਣਾ ਹੈ રાજપુરے ਦੇ ਇੱਕ ਇੰਡਸਟਰੀਲਿਸਟ ਨੇ ਕੰਪਲੇਂਟ ਕੀਤੀ ਸੀ ਵਿਜੀਲੈਂਸ ਬਿਊਰੋ ਕੋਲੇ ਜੀ ਕਿ ਜੀ ਇਹ ਮੈਥੋ ਕਿਸੇ ਮਾਮਲੇ ਦੇ ਵਿੱਚ ਪੈਸੇ ਮੰਗਦੇ ਆ ਉਦੋਂ ਇੰਡਸਟਰੀ ਦਾ ਸੈਕਟਰੀ ਸੀ ਔਰ ਲੱਖ ਕੇ 2 ਲੱਖ ਰੁਪਿਆ ਲੈਂਦਿਆ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਸੀ ਜੀ ਲੇਕਿਨ ਉਹ ਲੱਕੀ ਸੀ ਜੀ ਕਿ ਕੇਂਦਰ ਸਰਕਾਰ ਤੋਂ ਪਰਮਿਸ਼ਨ ਨਹੀਂ ਮਿਲੀ ਜਿਹੜੀ ਸੈਂਕਸ਼ਨ ਹੁੰਦੀ ਆ ਮੁਕਦਮਾ ਚਲਾਉਣ ਦੀ ਮੁਕਦਮਾ ਚਲਾਉਣ ਦੀ ਸੈਂਕਸ਼ਨ ਨਹੀਂ ਮਿਲੀ ਜੀ ਇਨ ਦੀ ਮੀਨ ਟਾਈਮ ਜੀ ਉਹਨਾਂ ਨੂੰ ਜੋ ਚੀਫ ਸਕੱਟਰੀ ਬਣਾਉਣ ਦੀ ਗੱਲ ਆ ਗਈ ਫੈਲਾਉਂ ਕਹਿੰਦਾ ਸਾਰਾ ਕੁਝ ਲੈ ਜਾ ਪਾਵਾ ਕਰ ਲੈ ਜਾ ਜੀ ਜੀ ਉਹਨਾਂ ਨੂੰ ਮਤਲਬ ਜਿਹੜਾ ਬਣਾਤਾ ਤੇ ਉਦੋਂ ਦਾਨੇ ਵਾਲੀ ਸਭ ਇੱਕ ਪਟੀਸ਼ਨ ਵੀ ਹੋਈ ਸੀ ਉਹਨਾਂ ਦੇ ਖਿਲਾਫ ਹਾਈ ਕੋਰਟ 'ਚ ਕਿਸੇ ਬੰਦੇ ਨੇ ਪਟੀਸ਼ਨ ਪਾਤੀ ਸੀ ਸ਼ਾਇਦ ਉਹ ਮਜ਼ਈ ਨਹੀਂ ਪਾਤੀ ਸੀ ਤੇ ਫਿਰ ਉਹ ਪਟੀਸ਼ਨ ਜਿਹੜੀ ਹੈਗੀ ਆ ਬਹਾਨੇ ਲਾ ਕੇ ਪ੍ਰੈਸ਼ਰਾਈਜ਼ ਕਰਕੇ ਉਹ ਵਾਪਸ ਕਰਵਾਈ ਸੀ ਹੂੰ ਹੂੰ ਉਸ ਤੋਂ ਬਾਅਦ ਉਹ ਰਿਟਾਇਰ ਹੋ ਗਈ ਜੀ ਤੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੋਈ ਬਹੁਤ ਵਧੀਆ ਮੈਨੂੰ ਮਿਲ ਜੇ ਜਗ੍ਹਾ ਪਰ ਉਹਨੂੰ ਜਗ੍ਹਾ ਮਿਲ ਗਈ ਲੰਬਾ ਸਮਾਂ ਢੀਕਣ ਤੋਂ ਬਾਅਦ ਵੇਰਾਗੇ ਤੀਜੇ ਜੀ ਅਨੁਰਾਗ ਬਰਮਾ ਸਾਹਿਬ ਹਮ ਹਮ ਅਨੁਰਾਗ ਬਰਮਾ ਹੋਰੀ ਚੰਗਾ ਕੰਮ ਕਰਨ ਵਾਲੇ ਬੰਦੇ ਜਾਣੇ ਜਾਂਦੇ ਸੀ ਲੇਕਿਨ ਜੂਨੀਅਰ ਸੀ ਜੀ ਪਰ ਜਿਸ ਕਿਸਮ ਦੀ ਐਸ ਵੇਲੇ ਪੰਜਾਬ ਨੂੰ ਲੋੜ ਹੈ ਜਿਹੋ ਜੇ ਸਮਰੱਥ ਅਧਿਕਾਰੀ ਦੀ ਸ਼ਾਇਦ ਉਹਨਾਂ ਚੋਂ ਸਮਰੱਥਾ ਨਹੀਂ ਸੀ ਜੀ ਕੈਪਸਨਾ ਜਿੱਥੇ ਹੈਗੇ ਜੀ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਇਹਨਾਂ ਨੂੰ ਠੀਕ ਹੈ ਆਪਣੇ ਡਿਪਟੀ ਕਮਿਸ਼ਨਰ ਹੈ ਗਏ ਔਰ ਬੜੀ ਇੰਟਰਸਟਿੰਗ ਗੱਲ ਹੈ ਜੀ ਮੈਂ ਤੁਹਾਡੇ ਨਾਲ ਸਾਂਝੀ ਕਰ ਲਾਂਗਾ ਸਾਡੇ ਸੁਣਨ ਵਾਲਿਆਂ ਨੂੰ ਸ਼ਾਇਦ ਪਤਾ ਨਾ ਹੋਵੇ ਪੁਰਾਣੀ ਹੋਈ ਦੀ ਗੱਲ ਬਠਿੰਡੇ ਦੇ ਵਿੱਚ ਇੱਕ ਵਿਰਾਸਤ ਮੇਲੇ ਦੀ ਸ਼ੁਰੂਆਤ ਹੋਈ ਸੀ ਜੀ ਬਿਲਕੁਲ ਉਹ ਵਿਰਾਸਤ ਮੇਲੇ ਦੀ ਸ਼ੁਰੂਆਤ ਕਰਵਾਉਣ ਵਾਲੇ ਤਿੰਨ ਬੰਦੇ ਸੀ ਇੱਕ ਆਈਪੀਐਸ ਅਫੀਸਰ ਕਪਲ ਦੇਵ ਕਪਲ ਦੇਵ ਹਾਂ ਜੀ ਦੂਸਰੇ ਸੀਗੇ ਨਾ ਨਾ ਨਾਇਰ ਨਾਇਰ ਇਨਕਮ ਟੈਕਸ ਕਮਿਸ਼ਨਰ ਸੀਗੇ ਤੀਸਰੇ ਸੀ ਕੈਪਸ ਕੈਪਸ ਸਿਨਾ ਸਾਹਿਬ ਤੇ ਮੇਰੇ ਯਾਦ ਆ ਕੈਪ ਸਾਹਿਬ ਦੇ ਸਿਰ ਦੇ ਉੱਤੇ ਪੱਗ ਬਣੀ ਹੋਈ ਸੀਗੀ ਚਾਦਰਾਂ ਬੰਨਿਆ ਸੀ ਹੱਥ ਸਖੁੰਡਾ ਵੀ ਫੜਿਆ ਹੋਇਆ ਸੀ ਤੁਸੀਂ ਦੇਖਿਆ ਨਾ ਮੈਦਾਨ ਦੇ ਵਿੱਚ ਫਿਰਦੇ ਸੀ ਬਿਲਕੁਲ ਤੇ ਉਹਦੋਂ ਬੋਲਣ ਲੱਗਿਆ ਕਿਉਂਕਿ ਇਹਨਾਂ ਦੀ ਲੈਂਗੁਏਜ ਜਿਹੜੀ ਹੈਗੀ ਥਰੀ ਉਹ ਬੋਲੀ ਹੈ ਜਿਹੜੀ ਉਹ ਪੰਜਾਬੀ ਹੁਣੀ ਹੈ ਕੋਈ ਨਵੇਂ ਸੀ ਜੇ ਪੰਜਾਬ ਦੇ ਵਿੱਚ ਆਏ ਵੀ ਡਿਪਟੀ ਕਮਿਸ਼ਨਰ ਭਾਵੇਂ ਲੱਗੇ ਸੀ ਪਰ ਹੁਕਮਾਂਡ ਨਹੀਂ ਸੀ ਜੀ ਤੁਹਾਡੇ ਸ਼ਬਦਾ ਇੱਕ ਉਹਨਾਂ ਨੇ ਬੋਲਦਾ ਬੋਲਦਾ ਕਿ ਅਸੀਂ ਪਿੰਡ ਕੀ ਮੁੰਡਾ ਹੂੰ ਪਿੰਡ ਕੀ ਮੁੰਡਾ ਹਾਂ ਇਹ ਪਿੰਡ ਕੀ ਮੁੰਡਾ ਲੰਬਾ ਸਮਾਂ ਲ ਵੀ ਪੈਂਦੀ ਰਹੀ ਆਪਣੇ ਪੱਤਰਕਾਰਾਂ ਨੂੰ ਪਿੰਡ ਕੀ ਮੁੰਡਾ ਆਗੇ ਹਾਂਜੀ ਕੈਪਟਨ ਸਾਹਿਬ ਨੂੰ ਕਹਿੰਦੇ ਸੀ ਤੇ ਜਿੱਥੋਂ ਤੱਕ ਦਾਨੇ ਵਾਲੀ ਸਾਹਿਬ ਬੰਦੇ ਦੀ ਪ੍ਰਸ਼ਾਸਨਿਕ ਸਮਰੱਥਾ ਦਾ ਸਵਾਲ ਹੈ ਇਲਜ਼ਾਮ ਤਾਂ ਲੱਗਦੇ ਰਹਿੰਦੇ ਆ ਬੰਦਿਆਂ ਤੇ ਬਥੇਰੇ ਤੇ ਲੱਗਦੇ ਜਦੋਂ ਆਪਾਂ ਕੰਮ ਕਰਦੇ ਆ ਉਦੋਂ ਲੱਗਦੇ ਇਹਨਾਂ ਤੇ ਵੀ ਉਹ ਦਿੱਲੀ ਵਾਲੇ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਕਈ ਬੰਦੇ ਕਹਿੰਦੇ ਵੀ ਇਹਨਾਂ ਦੀ ਪੁੱਛਗਿੱਛ ਹੋਈ ਸੀ ਹਾਂ ਜੀ ਅਚੰਚਿਤ ਕਿਉ ਹੈ ਜਾਨ ਅਰਗਿਆ ਸਾਹਿਬ ਇੱਥੇ ਬਠਿੰਡੇ ਦੇ ਵਿੱਚ ਜਿੱਥੇ ਡੀਏਵੀ ਕਾਲਜ ਹੈ ਜੀ ਇਹਦੇ ਨਾਲ ਪਿਛਲੇ ਪਾਸੇ ਇੱਕ ਛੱਪੜਾ ਹੈ ਹਾਂ ਜੀ ਹੈਗਾ ਉਹ ਹਮੇਸ਼ਾ ਜੁਵਾਦਾਰ ਉਹ ਛੱਪੜ ਜਿਹੜਾ ਹੈਗਾ ਉਹ ਪੱਤੀ ਮਹਿਣਾ ਦੀ ਪ੍ਰਾਪਰਟੀ ਹੈ ਜੀ ਸਾਂਝੀ ਹੈ ਉਹ ਉਹਨਾਂ ਦੀਆਂ ਜਾਇਦਾਦਾਂ 'ਚੋਂ ਕੱਟੀ ਹੋਈ ਹੈ ਇੱਥੇ ਕੁਝ ਲੋਕਾਂ ਨੇ ਕਿਹਾ ਕਿ ਜੀ ਆਪਾਂ ਇੱਥੇ ਸੈਰਗਾ ਬਣਾ ਦਈਏ ਜਾਂ ਆਪਾਂ ਕੁਝ ਇੱਥੇ ਜੀ ਕੰਪਲੈਕਸ ਬਣਾ ਦਈਏ ਤੇ ਇਹਨੂੰ ਸਾਰਾ ਕੁਝ ਕਰ ਲਈਏ ਰਜਿਸਟਰੀ ਵਗੈਰਾ ਕਰਾਉਣ ਦੀ ਗੱਲ ਵੀ ਆ ਗਈ। ਵੀ ਮਹਿਣਾ ਪੱਤੀ ਵਾਲਾਂ ਤੋਂ ਕੁਝ ਲੋਕਾਂ ਤੋਂ ਕਰਵਾ ਲੈਨੇ ਆ ਆਪਣੇ ਜਰਨਲਿਸਟ ਬੜੇ ਹੁਣ ਤਾਂ ਬੈਟਨ ਜਰਨਲਿਸਟ ਆ ਸਰਦਾਰ ਬਲਬੀਰ ਸਿੰਘ ਢਿਲੋਂ ਅੱਜ ਕੱਲ੍ਹ ਉਹ ਕੈਨੇਡਾ ਗਏ ਹੋਏ ਠੀਕ ਹੈ। ਉਹਨਾਂ ਦੇ ਬੇਟਾ ਉਧਰ ਹੈ। ਹੂੰ ਹੂੰ ਤੇ ਉਹ ਪੱਤੀ ਮਹਿਣਾ ਦੇ ਬੜੇ ਕਿਉਂਕਿ ਕਾਉਂਸਲਰ ਵੀ ਰਹੀ ਸੀ। ਹਾਂਜੀ ਪੱਤਰਕਾਰ ਵੀ ਕਾਉਂਸਲਰ ਵੀ ਔਰ ਪੱਤੀ ਮਹਿਣਾ ਦੀ ਪ੍ਰੋਮਿਨੈਂਟ ਹਸਤੀ ਹੈ। ਹੂੰ ਹ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਸਾਡੀ ਤਾਂ ਪ੍ਰਾਪਰਟੀ ਤੇ ਕਬਜ਼ਾ ਹੋ ਰਿਹਾ ਹੈ ਉਹਨਾਂ ਨੇ ਕੰਪਲੇਂਟ ਕਰਤੀ ਜੀ ਕੈਪ ਐਪਲੀਕੇਸ਼ਨ ਦਿੱਤੀ ਕਿ ਸਾਡੀ ਪ੍ਰਾਪਰਟੀ ਹੈ ਪ੍ਰਾਪਰਟੀ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਜੀ ਕੈਪ ਸਾਹਮਣੇ ਦੀ ਇਨਕੁਆਰੀ ਕਰਵਾ ਲਈ ਜੀ ਇਨਕੁਆਰੀ ਕਰਾ ਕੇ ਪਤਾ ਲੱਗਿਆ ਉਹਨਾਂ ਨੂੰ ਹਮ ਇਨਸੀਡੈਂਟਲੀ ਕੀ ਹੋਇਆ ਕਿ ਅਸੀਂ ਤਿੰਨ ਪੱਤਰਕਾਰ ਇਹਨਾਂ ਨੂੰ ਮਿਲਣ ਵਾਸਤੇ ਚਲੇ ਗਏ ਜੀ ਜਿਨ੍ਹਾਂ ਦੇ ਵਿੱਚ ਮੈਂ ਸੀ ਇੱਕ ਹਰਜਿੰਦਰ ਸਿੱਧੂ ਹਿੰਦੁਸਤਾਨ ਟਾਈਮਜ਼ ਦੇ ਹੁੰਦੇ ਸੀ ਤੇ ਆਪਣੇ ਬਲਵਿੰਦਰ ਪੁੱਲਰ ਤਿੰਨੇ ਅਸੀਂ ਮਿਲਣ ਵਾਸਤੇ ਜਦੋਂ ਗਏ ਤੇ ਸਾਡੇ ਜਾਂਦਿਆਂ ਨੂੰ ਇੱਕ ਐਮਐਲਏ ਸਾਹਿਬ ਬੈਠੇ ਜੀ ਕਾਂਗਰਸ ਪਾਰਟੀ ਦਾ ਰਾਜਸੀ ਕਾਂਗਰਸ ਦੇ ਐਮਐਲਏ ਸੀ ਸਿੱਧੂ ਸਾਹਿਬ ਹੂੰ ਜੀਤਮੀਦਰ ਸਿੰਘ ਉਹ ਵੇਖ ਕੇ ਹਾਸੇ ਪੇ ਕਹਿੰਦੇ ਆਗੇ ਤੁਸੀਂ ਵੀ ਜੀ ਕਹਿੰਦੇ ਲਓ ਜੀ ਕੈਪੀ ਹੁਣ ਕੈਪ ਸਾਹਿਬ ਹੁਣ ਮਗਾਓ ਚਾ ਹੂੰ ਪੱਤਰਕਾਰ ਸਾਥੀ ਵੀ ਆ ਗਏ ਠੀਕ ਹੈ ਜੀ ਅਸੀਂ ਬਹਿ ਗਏ ਕੁਰਸੀਆਂ ਤੇ ਹੋਇਆ ਕੀ ਅੰਦਰੋਂ ਟੀ ਹੋਈ ਹੂੰ ਉਹਨਾਂ ਨੇ ਰਿਸਿਵਰ ਚੱਕਿਆ ਦੱਸਿਆ ਗਿਆ ਕਿ ਫੁਲਾਹ ਸਾਹਿਬ ਬੋਲਦੇ ਜੀ ਸਰ जब जो मैं कल कहें बिल्कुल सर उन्होंने क्यों कुछ कहा कहना नो सर उन्होंने फिर कहा नो सर नो 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 सर दिस प्रॉपर्टी बिलोंग्स टू पट्टी मैना पट्टी मैना श्याम लाल पट्टी मैना प्रॉपर्टी बिलोंग्स टू श्याम पट्टी मैना उन्हें फिर क्या गो साहब ने नो नो तो दानिया साहब फिर जिन्ना जोर से ना कट्टिया नहीं ए फटके फोन ठाद ने मारिया रिसीवर देते ਤੇ ਹਰਦੇਂਦਰ ਨੇ ਕਿਹਾ ਕਹਿੰਦਾ ਜੀ ਫਲਾਣੇ ਸਾਹਿਬ ਦਾ ਫੋਨ ਸੀ ਹੂੰ ਦੁਨੀਆ 'ਚ ਨਹੀਂ ਰਹੇ ਹੋ ਸਾਹਿਬ ਅਨਫੋਰਚੂਨੇਟਲੀ ਕਹਿੰਦਾ ਆਪ ਲੋਕ ਵੀ ਜਾਣਦੇ ਹੋ ਜੇ ਆਪ ਲੋਕ ਵੀ ਇੱਥੇ ਪਰ ਮੌਜੂਦ ਹੈ ਜਬ ਇਹ ਅਨਫੋਰਚੂਨੇਟ ਇਨਸੀਡੈਂਟ ਵਾਪਰੀ ਹੂੰ ਅਸੀਂ ਸੰਤੁਸ਼ਟ ਹੋਏ ਉਹ ਜਿਹੜਾ ਹੈਗਾ ਛੱਪੜ ਜੀ ਉਹ ਅੱਜ ਤੱਕ ਵੀ ਮੌਜੂਦ ਚਾਹਤੇ ਜੇ ਜੀ ਮੈਂ ਧੰਨਵਾਦ ਵੀ ਕਰਦਾ ਸਿਨਾ ਸਾਹਿਬ ਨੂੰ ਤੇ ਵਧਾਈ ਵੀ ਦਿੰਦਾ ਉਹਨਾਂ ਨੂੰ ਚੀਫ ਸੈਕਟਰੀ ਬਣਨ ਦੀ ਜੇ ਸਿਨਾ ਸਾਹਿਬ ਉਹਨਾਂ ਨੂੰ ਨਾ ਰੋਕਦੇ ਨਹੀਂ 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 ਦਾਨੇ ਵਾਲਿਆ ਸਾਹਿਬ क्राइसिस ਪੈਦਾ ਹੋ ਗਿਆ ਸੀ ਡੁੱਬਣ ਦਾ ਬਟਨ ਡੁੱਬਣ ਦਾ ਪ੍ਰੋਜੈਕਟ ਜਿਹੜੀ ਜਿਹੜੀ ਆ ਤੁਹਾਡੀ ਸਾਰੀ ਆ ਗਈ ਨਾ ਡੀਏ ਵੀ ਡੁੱਬ ਜਾਂਦਾ ਜੀ ਕਾਲਜ ਸਾਰੇ ਡੀਏ ਵੀ ਕਾਲਜ ਤੋਂ ਇਲਾਵਾ ਜਿਹੜੀ ਪਿਛਲੇ ਪਾਸੇ ਆ ਗਈ ਨਾ ਬਸੰਤ ਬਿਹਾਰ ਬਸੰਤ ਬਿਹਾਰ ਸਾਰਾ ਉਹ ਡੁੱਬ ਜਾਣਾ ਸੀਗਾ ਤੇ ਤੁਹਾਡਾ ਬਸ ਅਡੇ ਤੱਕ ਇਹਦਾ ਬੁਰਾ ਹਾਲ ਹੋ ਜਾਂਦਾ ਸੀ ਮਤਲਬ ਉਹਦੇ ਵਿੱਚ ਬੰਦੇ 'ਚ ਇੰਨੀ ਕੁ ਸਮਰੱਥਾ ਹੈਗੀ ਹੈ ਕੈਬਨ ਸਾਹਿਬ ਦੇ ਵਿੱਚ ਕਿ ਜਿਹੜਾ ਬੰਦਾ ਆਪਦੀ ਗੱਲ ਕਹਿ ਸਕਦਾ ਇੱਕ ਡਿਪਟੀ ਕਮਿਸ਼ਨਰ ਕੈਬਨਿਟ ਰੈਂਕ ਦੇ ਬੰਦੇ ਨੂੰ ਇੰਨੀ ਗੱਲ ਕਵੇ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਮੈਨੂੰ ਲੱਗਦੀ ਹੈ ਕਿ ਠੀਕ ਹੈ ਕਿਉਂਕਿ ਇਹਨਾਂ ਦੇ ਕੋਲੇ ਜਿਹੜਾ ਦਿੱਲੀ ਦਾ ਬੜਾ ਤਜ਼ਰਬਾ ਹੈ ਜੀ ਐਸ ਵੇਲੇ ਪੰਜਾਬ ਦੀ ਜਿਹੜੀ ਲੋੜ ਹੈ ਨਾ ਸਭ ਤੋਂ ਵੱਡੀ ਲੋੜ ਹੈ ਦਿੱਲੀ ਨਾਲ ਉਹ ਹੈ ਕਿ ਜਿੰਨੀ ਦੇਰ ਤੱਕ ਤੁਹਾਨੂੰ ਸੈਂਟਰ ਸਰਕਾਰ ਦੀ ਕੋਆਪਰੇਸ਼ਨ ਜਾਂ ਅਸ਼ੀਰਵਾਦ ਜਾਂ ਮਦਦ ਨਹੀਂ ਮਿਲਦੀ ਜੀ ਉਨੀ ਦੇਰ ਤੁਸੀਂ ਜਿਹੜਾ ਠੀਕ ਤਰੀਕੇ ਪਰਫਾਰਮ ਨਹੀਂ ਕਰ ਸਕਦੇ ਜੀ ਸੋ ਪੰਜਾਬ ਨੂੰ ਉਸ ਚੀਫ ਸਕੱਟਰੀ ਦੀ ਲੋੜ ਸੀ ਜਿਹਦਾ ਦਿੱਲੀ ਦੇ ਵਿੱਚ ਆਉਣ ਜਾਣ ਹੋਵੇ ਜੀ ਕੈਪ ਸਾਹਿਬ ਦੇ ਜਿਹੜੇ ਬੈਚਮੇਟ ਸਾਥੀ ਹੈ ਉਹ ਐਸ ਵੇਲੇ ਬਣ ਕੇ ਉੱਚੀਆਂ ਪੋਜੀਸ਼ਨਾਂ ਤੇ ਹੋਣਗੇ ਦਿੱਲੀ ਦੇ ਵਿੱਚ ਬਿਲਕੁਲ ਔਰ ਜਿੱਦਿਖੁੜੇ ਆਬਦਲੀ ਦੇ ਵਿੱਚ ਬਹੁਤ ਸਾਰੇ ਮਾਮਲੇ ਹੋਏ ਜਿਹੜੇ ਤੁਹਾਨੂੰ ਅਦਾਲਤਾਂ ਜਾਂਦੀ ਲੋੜ ਨਹੀਂ ਆ ਸਾਡਾ ਰੂਰਲ ਡਿਵੈਲਪਮੈਂਟ ਫੰਡ ਵਾਲਾ ਮਾਮਲਾ ਹੈ ਅਸੀਂ ਸੁਪਰੀਮ ਕੋਰਟ ਤਲੇ ਗੇ ਮੇਰੇ ਖਿਆਲ ਮੁਤਾਬਕ ਦੀ ਕੈਪ ਸਾਹਿਬ ਦੀ ਡਿਊਟੀ ਲਈ ਹੁੰਦੀ ਤੇ ਇਹ ਜਨ ਵਾਲੀ ਸਾਹਿਬ ਲੋੜ ਨਹੀਂ ਸੀ ਇਹ ਪੈਸਾ ਬੈਸੇ ਹੀ ਨੇਗੋਸ਼ੀਏਸ਼ਨ ਦੇ ਨਾਲ ਹੀ ਮਿਲ ਸਕਦਾ ਸੀ ਸੋ ਇਹ ਫੈਸਲਾ ਠੀਕ ਹੈ ਧਰੁਸਤ ਹੈ ਔਰ ਇਨਵਰਸੀ ਐਪਰੀਸ਼ੀਏਟ ਕਰਦੇ ਜੀ ਤੇ ਹੁਣ ਕਹਿੰਦੇ ਢਿੱਲੋ ਸਾਹਿਬ ਕੋਈ 2 ਦਰਜਣ ਹੋਰ ਨੁਕਤੇ ਖੜੇ ਹੋ ਗਏ ਨੇ ਜਿਹੜੇ ਖੇਤੀ ਨੀਤੀ ਚ ਸ਼ਾਮਲ ਕੀਤੇ ਜਾਂਦੇ ਮੰਗ ਉੱਠੀ ਹੈ ਦਾਨੀ ਇਹ ਸਭ ਖੇਤੀ ਨੀਤੀ ਬੜੇ ਲੰਬੇ ਸਮੇਂ ਤੋਂ ਬਣੀ ਹੋਈ ਹੈ ਜੀ ਲੇਕਿਨ ਉਹ ਨਾ ਤਾਂ ਜੰਤ ਕੋਈ ਇਸੀ ਖੇਤੀ ਨੀਤੀ ਤੇ ਨਾਮ ਨੂੰ ਲਾਗੂ ਕਰਨ ਦੀ ਕੋਈ ਗੱਲ ਕੀਤੀ ਗਈ ਸੀ ਜੀ ਸ਼ਾਇਦ ਪ੍ਰਵਾਨ ਵੀ ਨਹੀਂ ਅਜੇ ਤੱਕ ਕੀਤੀ ਸੀਗੀ ਕੈਬਨਟ ਨੇ ਮੁੱਖ ਮੰਤਰੀ ਕੋਲੇ ਪਈ ਸੀ ਜੀ ਫਿਰ ਆਪਣੇ ਭਾਰਤੀ ਕਿਸਾਨ ਜੂਨੀ ਨਗਰਾਹ ਤੇ ਉਹਨਾਂ ਨੇ ਇੱਕ ਪ੍ਰੋਟੈਸਟ ਕੀਤਾ ਜੀ ਉਹਨਾਂ ਨੇ ਕਿਹਾ ਜੀ ਅਸੀਂ ਚੰਡੀਗੜ੍ਹ ਦੇ ਵਿੱਚ ਧਰਨਾ ਦੇਣਾ ਤੇ ਸਾਨੂੰ ਜਗ੍ਹਾ ਦੇਓ ਇਹਨਾਂ ਨੇ ਪਹਿਲਾਂ ਇਨਕਾਰ ਕਰਤਾ ਪਰ ਫਿਰ ਨੇਗੋਸ਼ੀਏਸ਼ਨ ਕਰ ਤੋ ਬਾਅਦ ਕਈ ਨੇਗੋਸ਼ੀਏਸ਼ਨਸ ਤੋਂ ਬਾਅਦ ਉਹਨਾਂ ਨੂੰ ਜਗ੍ਹਾ ਮਿਲ ਗਈ ਜੀ ਔਰ ਉਹਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਵਿਧਾਨ ਸਭਾ ਤੱਕ ਉਹਨਾਂ ਨੇ ਜਿਹੜਾ ਜਿਹੜਾ ਵਿਧਾਨ ਸਭਾ ਵਾਲਾ ਮਟਕਾ ਚੌਕ ਉੱਥੋਂ ਤੱਕ ਉਹਨਾਂ ਨੇ ਸੰਕੇਤਕ ਮਾਰਚ ਕੀਤਾ ਮਾਰਚ ਕੀਤਾ ਹਾਂਜੀ ਫਿਰ ਗੱਲਬਾਤ ਹੁੰਦੀ ਹੈ ਜੀ ਗੱਲਬਾਤ ਵਿੱਚ ਸਰਕਾਰ ਨੇ ਕਹਿਤਾ ਕਿ ਜੀ ਅਸੀਂ ਜਿਹੜੀ ਹੈ ਇਹ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਪੜਾ ਦੇਾਂਗੇ ਤੁਹਾਨੂੰ ਦੇ ਦੇਾਂਗੇ ਜੀ ਪਿਛਲੇ ਦਿਨਾਂ ਦੇ ਵਿੱਚ ਫਿਰ ਉਹ ਜਿਹੜੀ ਆ ਉਹਦਾ ਖਰੜਾ ਲਗਭਗ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੂੰ ਸੌਂਪਤਾ ਸੀ ਹਮ ਹਮ ਬੀਕੇ ਜੀ ਉਗਰਾਹ ਜੀ ਨੇ ਲੜਾਈ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਪੜ ਲਈਏ ਤੇ ਪੜ ਕੇ ਆਪਦਾ ਮਾਈਂਡ ਅਪਲਾਈ ਕਰਕੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਜੀ ਹੁਣ ਉਹਨਾਂ ਨੇ ਆਪ ਪੜੀ ਜੀ ਉਹਨਾਂ ਦੇ ਜਿਹੜੇ ਕੋਈ ਆਰਥਿਕ ਮਾਹਰ ਹੈ ਉਹਨਾਂ ਨਾਲ ਵੀ ਉਹਨਾਂ ਨੇ ਰੈਮਸਟਰਾ ਕੀਤਾ ਤੇ ਕੱਲ ਫਿਰ ਉਹਨਾਂ ਦੀ ਮੀਟਿੰਗ ਹੋਈ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੰਡੀਆਂ ਦੇ ਨਾਲ ਜੀ ਖੁੰਡੀਆਂ ਸਾਹਿਬ ਦੇ ਦਫ਼ਤਰ ਦੇ ਵਿੱਚ ਉੱਥੇ ਜਿਹੜਾ ਉਹਨਾਂ ਦਾ ਕੋਈ ਮੀਟਿੰਗ ਹਾਲ ਹੈ ਉੱਥੇ ਮੀਟ ਉਗਰਾਹ ਸਾਹਿਬ ਸੀ ਉਹਨਾਂ ਦੇ ਬਾਕੀ ਸਾਥੀ ਸੀ ਜੀ ਕਾਫੀ ਲੰਬੀ ਚੌੜੀ ਜਿਹੜੀ ਹੈ ਉਹਨਾਂ ਦੀ ਮੁਲਾਕਾਤ ਹੋਈ ਔਰ ਮ ਲਗਭਗ 2 ਦਰਜਨ 25 ਦੇ ਕਰੀਬ ਨੁਕਤੇ ਰੱਖੇ ਕਿ ਆ ਨੁਕਤੇ ਇਹਨਾਂ ਨੁਕਤਿਆਂ ਨੂੰ ਵੀ ਇਸ ਨਵੀਂ ਨੀਤੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਖੁੱਡੀਆਂ ਸਾਹਿਬ ਨੇ ਭਰੋਸਾ ਦਿਵਾਇਆ ਕਿ ਅਸੀਂ ਆਪਣੀ ਸਰਕਾਰ ਸਾਡੀ ਵਿਚਾਰ ਕਰੂਗੀ ਜੀ ਜਿਹੜੇ ਤੁਹਾਡੇ ਪੁਆਇੰਟ ਸ਼ਾਮਿਲ ਕਰਨ ਵਾਲੇ ਹੋਏ ਅਸੀਂ ਹਰ ਹਾਲ ਕਰਾਂਗੇ ਠੀਕ ਹੈ ਲੇਕਿਨ ਇੱਕ ਸ਼ਰਤ ਉਹਨਾਂ ਨੇ ਰੱਖੀ ਹੈ ਮੇਰੇ ਖਿਆਲ ਉਹ ਸ਼ਰਤ ਸਰਕਾਰ ਲਈ ਵੀ ਟੇਢੀ ਖੀਰ ਹੋ ਜੀ ਉਹ ਹੈ ਕਿ ਜਿਹੜੀ ਪਰਚੇਜ ਹੈ ਪਰਚੇਜ ਦੇ ਵਿੱਚ ਉਹ ਥਰਡ ਪਾਰਟੀ ਜੀ ਉਹਨੂੰ ਕੱਢਿਆ ਜਾਵੇ ਬਚੋਲਿਆਂ ਨੂੰ ਆੜਤੀਆਂ ਨੂੰ ਆੜਤੀਆਂ ਨੂੰ ਆੜਤੀ ਪ੍ਰਣਾਲੀ ਨੂੰ ਕੱਢਣ ਦੀ ਗੱਲ ਕਰਦੇ ਆ ਉਹ ਗੱਲ ਤੋਂ ਉਹ ਮੇਰੇ ਖਿਆਲ ਆ ਵੀ ਉਹ ਅੱਜ ਦੀ ਗੱਲ ਹੀ ਕਿਉਂਕਿ ਹੁਣ ਇਸ ਵੇਲੇ ਜਿਹੜੀ ਆੜਤੀਆਂ ਦੀ ਸਟ੍ਰਾਈਕ ਦਾ ਇਹਨਾਂ ਨੇ ਫੈਸਲਾ ਕੀਤਾ ਸੀ ਤੇ ਸਰਕਾਰ ਦੀ ਹੈ ਕਿ ਪੰਜਾਬੀ ਚਾਹ ਦੇ ਆਨੇ ਬਾਰੇ ਕੀ ਸੀ ਕਿ ਕਿਵੇਂ ਕਰਾਂਗੇ ਚਕਾਵਾਂਗੇ ਕਿਵੇਂ ਚਕਾਵਾਂਗੇ ਕਿਵੇਂ ਉਹ ਨਹੀਂ ਸਕਦਾ ਹਾਂ ਜੇ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਕਿਸਾਨ ਅੰਦੋਲਨ ਠੀਕ ਹੈ ਕਿਸਾਨਾਂ ਨੇ ਬਹੁਤ ਮੱਟੀਆਂ ਕੁਰਬਾਨੀਆਂ ਦਿੱਤੀਆਂ ਪਰ ਉਸ ਅੰਦੋਲਨ ਦੀ ਕਾਮਯਾਬੀ ਦੇ ਵਿੱਚ ਆੜਤੀਆਂ ਪਾਈਚਾਰ ਦੇ ਵੀ ਯੋਗਦਾਨ ਮੇਰੇ ਖਿਆਲ ਆ ਉਗਰਾਹ ਸਾਹਿਬ ਤੇ ਉਹਨਾਂ ਦੀ ਟੀਮ ਬੜੇ ਸਿਆਣੇ ਬੰਦੇ ਆ ਉਹ ਸਾਲਾ ਕੁਝ ਸੋਚ ਸਮਝ ਕੇ ਦੇਖ ਕੇ ਕਰਨਾ ਚਾਹੁੰਨਾ ਹੈ ਉਹਨਾਂ ਨੇ ਜੀ ਪਰ ਉਹ ਆਪਣੀ ਜਿਹੜੀ opinion ਆ ਆਪਾਂ ਦੀ opinion ਸਾਹਮਣੇ ਰੱਖਦੀ ਹੈ ਇਹ ਅੱਗੇ ਫੈਸਲਾ ਕਰਨਾ ਉਹਨਾਂ ਦਾ ਕੰਮ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਸਭ ਮਿਹਰਬਾਨੀ ਜੀ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ